ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਲੇ ਮਹਾ ਦਿਵਸ ਮੂਰਤ ਭਲੇ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਸਤਨਾਮ ਵਾਹਿਗੁਰੂ ਸਾਹਿਬ ਜੀਓ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿੰਨੀ ਸਖੀਏ ਪ੍ਰਭ ਪਾਇਆ ਹੋ ਤਿਨ ਕੈ ਸਦ ਬਲਿਹਾਰ ਨਾਨਕ ਹਰ ਜੀ ਮਯਾ ਕਰ ਸ਼ਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਵਡਭਾਗੀ ਗੁਰੂ ਰੂਪ ਗੁਰਪਿਆਰੀ ਗੁਰਸਵਾਰੀ ਗੁਰਸੰਗਤ ਜੀਓ
ਭਾਗ ਹੁਆ ਗੁਰਸੰਤ ਮਿਲਾਇਆ, ਪ੍ਰਭ ਅਵਿਨਾਸ਼ੀ ਘਰ ਮੈਂ ਪਾਇਆ। ਸੇਵ ਕਰੀ ਪਲ ਚਸਾ ਨਾ ਵਿਛੜਾਂ, ਜਨ ਨਾਨਕ ਦਾਸ ਤੁਮਾਰੇ ਜੀਓ। ਸਤਿਗੁਰਾਂ ਨੇ ਬਹੁਤ ਵੱਡੀ ਮਿਹਰ ਰਹਿਮਤ ਕੀਤੀ ਹੈ, ਅੱਜ ਮਹੀਨੇ ਦੇ ਪਹਿਲੇ ਦਿਨ ਗੁਰੂ ਚਰਨਾਂ ਚ ਅਰਦਾਸ ਕਰਨ ਲਈ ਪਹੁੰਚੇ ਹੋ। ਸਤਿਗੁਰਾਂ ਦੀ ਬੜੀ ਬਖਸ਼ਿਸ਼ ਹੋਈ, ਪਿਛਲਾ ਜੋ ਹਾੜ ਦਾ ਮਹੀਨਾ ਸੀ ਉਹ ਸੇਵਾ ਕਰਦੇ, ਸਿਮਰਨ ਕਰਦੇ, ਨਾਮ ਜਪਦੇ ਬਤੀਤ ਹੋਇਆ। ਮਹਾਰਾਜ ਅੱਗੇ ਅਰਦਾਸ ਕਰੀਏ ਕਿ ਅੱਜ ਜੋ ਸਾਵਣ ਦਾ ਮਹੀਨਾ ਪ੍ਰਾਰੰਭ ਹੋਇਆ, ਸਤਿਗੁਰੂ ਜੀ ਸੇਵਾ ਕਰਦੇ, ਨਾਮ ਜਪਦੇ, ਆਪ ਜੀ ਦੇ ਦਰ ਘਰ ਦੀ ਮਹਾਨ ਵਡਿਆਈ ਜਸ ਗਾਉਂਦਿਆਂ ਬਤੀਤ ਹੋਵੇ। ਲੋ ਬੜੇ ਪ੍ਰੇਮ ਸ਼ਰਧਾ ਨਾਲ ਬੈਠ ਕੇ ਅੱਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸੰਦੇਸ਼ ਸੁਣੋ। ਅੱਜ ਦੇ ਮਹੀਨੇ ਦੀ ਪ੍ਰਥਾਏ ਗੁਰਦੇਵ ਨੇ ਸਾਨੂੰ ਕਲਯੁਗੀ ਜੀਵਾਂ ਨੂੰ ਕੀ ਸਮਝਾਇਆ ਹੈ, ਕੀ ਆਖਿਆ ਹੈ? ਗੁਰੂ ਸਵਾਰਿਓ, ਅੱਜ ਜਿੱਥੇ ਮਹੀਨੇ ਦਾ ਪ੍ਰਾਰੰਭਤਾ ਵਾਲਾ ਦਿਨ ਹੈ ਉੱਥੇ ਬਹੁਤ ਵੱਡੀ ਬਖਸ਼ਿਸ਼ ਹੈ। ਅੱਜ ਮੀਰੀ ਪੀਰੀ ਦੇ ਮਾਲਕ ਦੀਨ ਦਿਆਲ ਧੰਨ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਮਹਾਨ ਮੀਰੀ ਪੀਰੀ ਸ਼ਸਤਰ ਧਾਰਨ ਦਿਵਸ ਹੈ, ਜਿਹਨੂੰ ਸਿੱਖ ਕੌਮ ਦੇ ਅੰਦਰ ਮੀਰੀ ਪੀਰੀ ਦਿਵਸ ਦੇ ਨਾਮ ਨਾਲ ਮਨਾਇਆ ਜਾਂਦਾ ਹੈ। ਉੱਥੇ ਨਾਲ ਹੀ ਬਹੁਤ ਹੀ ਸਤਿਕਾਰਯੋਗ ਦਸਵੇਂ ਪਾਤਸ਼ਾਹ ਜੀ ਦੇ ਲਾਡਲੇ, ਜਿਨ੍ਹਾਂ ਨੇ ਆਪਣੇ ਕੇਸ ਕਤਲ ਨਹੀਂ ਕਰਾਏ, ਖੋਪਰੀ ਤਾਂ ਲਵਾ ਲਈ, ਧੰਨ ਧੰਨ ਭਾਈ ਤਾਰੂ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈ। ਤੋ ਅੱਜ ਦੇ ਇਹ ਤਿੰਨ ਪੁਰਬ ਜਿੱਥੇ ਮਹੀਨੇ ਦੀ ਪ੍ਰਾਰੰਭਤਾ ਹੋ ਰਹੀ ਹੈ, ਉੱਥੇ ਨਾਲ ਹੀ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦੇ ਮੀਰੀ ਪੀਰੀ ਦਿਵਸ ਸ਼ਸਤਰ ਧਾਰਨ ਦਿਵਸ ਹਨ, ਅਤੇ ਭਾਈ ਤਾਰੂ ਸਿੰਘ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਹਨ। ਕੋਸ਼ਿਸ਼ ਰਹੇਗੀ ਮਹਾਰਾਜ ਤਿੰਨੇ ਵਿਸ਼ਿਆਂ 'ਤੇ ਆਪ ਜੀ ਦੇ ਸਨਮੁਖ ਕੁਝ ਕਹਿ ਸਕਾਂ। ਬੜੇ ਪ੍ਰੇਮ ਸ਼ਰਧਾ ਨਾਲ ਆਓ, ਸਭ ਤੋਂ ਪਹਿਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ 12 ਮਾਹ ਦੇ ਵਿੱਚ ਅੱਜ ਦੇ ਮਹੀਨੇ ਲਈ ਗੁਰੂ ਸਾਹਿਬ ਨੇ ਕੀ ਸੰਦੇਸ਼ ਉਪਦੇਸ਼ ਕੀਤਾ ਹੈ। ਲੋ ਬੜੇ ਪ੍ਰੇਮ ਸ਼ਰਧਾ ਭਾਵਨਾ ਨਾਲ ਸੁਣਿਓ, ਰਸਨਾ ਪਵਿੱਤਰ ਕਰੋ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅੰਗ 134, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਬਾਣੀ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਮਾਝ ਰਾਗ ਅੰਦਰ 12 ਮਾਹ ਬਾਣੀ ਵਿੱਚ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਇਉਂ ਫਰਮਾਉਂਦੇ ਹਨ ਕਿ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ। ਸਾਵਣ, ਸਾਵਣ ਦੇ ਮਹੀਨੇ ਵਿੱਚ ਜਿਹੜਾ ਆ ਮਹੀਨਾ ਅੱਜ ਸ਼ੁਰੂ ਹੋਇਆ, ਕਿਉਂਕਿ ਜੇਠ ਹਾੜ ਦੀ ਗਰਮੀ ਤੋਂ ਬਾਅਦ ਜਦੋਂ ਸਭ ਜੀਵ ਜੰਤ
ਗਰਮੀ ਦੀ ਤਪਸ਼ ਨਾਲ ਤਪੇ ਹੁੰਦੇ ਹਨ, ਬਾਹਰ ਨਿਕਲ ਨੂੰ ਜੀ ਨਹੀਂ ਕਰਦਾ। ਹਰੇਕ ਬੰਦਾ ਛਾਵਾਂ ਲੱਭਦਾ, ਪਾਣੀ ਲੱਭਦਾ, ਛਾਂ ਤੇ ਪਾਣੀ ਦੀ ਭਾਲ ਵਿੱਚ ਹੁੰਦਾ। ਐਸੇ ਤਪਦੇ ਸੜਦੇ ਮਹੀਨੇ ਚੋਂ ਨਿਕਲ ਕੇ ਫਿਰ ਅਸਮਾਨ ਦੇ ਵਿੱਚ ਬੱਦਲ ਚਾਰੇ ਪਾਸੇ ਮੰਡਰਾਉਣ ਲੱਗਦੇ ਹਨ ਤੇ ਬੱਦਲ ਭਾਰੇ ਹੋ ਕੇ ਫਿਰ ਧਰਤੀ ਦੇ ਅਲੱਗ ਅਲੱਗ ਕੋਨੇ 'ਚ ਵਰਸਦੇ ਹਨ। ਇਸ ਨੂੰ ਸਾਵਣ ਕਹੀਦਾ ਹੈ। ਜਦੋਂ ਗਰਮੀ ਵੱਧ ਜੇ, ਤਪਸ਼ ਵੱਧ ਜੇ, ਧਰਤੀ ਤਪਣ ਲੱਗ ਜੇ, ਧਰਤੀ ਦਾ ਹਰੇਕ ਜੀਵ ਜੰਤੂ ਪੁਕਾਰਾਂ ਕਰੇ ਵੀ ਗਰਮੀ ਗਰਮੀ ਹਾਏ ਗਰਮੀ, ਫਿਰ ਪਰਮੇਸ਼ਰ ਇੰਦਰ ਨੂੰ ਫਰਮਾਨ ਕਰਦਾ ਹੈ ਕਿ ਤੂੰ ਮੀਂਹ ਵਾਰਾ, ਇੱਥੇ ਮੀਂਹ ਪਾਉਣਾ ਹੈ। ਮੀਂਹ ਪਾਇਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਫਿਰ ਸਾਵਣ ਸ਼ੁਰੂ ਹੁੰਦਾ, ਸਾਵਣ ਦੀ ਝੜੀ ਲੱਗਦੀ। ਜਿਹੜੀ ਸਾਵਣ ਦੀ ਝੜੀ ਹੈ, ਇਹ ਚੰਗੇ ਚੰਗੇ ਮਕਾਨ ਜਿਹੜੇ ਹਨ ਉਹ ਵੀ ਚੋਣ ਲੱਗ ਜਾਂਦੇ ਹਨ। ਇੱਦਾਂ ਦੀਆਂ ਝੜੀਆਂ ਲੱਗਦੀਆਂ ਸਤਸੰਗ, ਜਿਵੇਂ ਅੱਜ ਸਾਵਣ ਦਾ ਮਹੀਨਾ ਪ੍ਰਾਰੰਭ ਹੋਇਆ। ਮਹਾਰਾਜ ਆਪਣੀ ਬਾਣੀ 'ਚ ਦੱਸਦੇ ਕਿ ਚਾਰੇ ਪਾਸੇ ਜਲ ਭਰ ਜਾਂਦਾ, ਚਾਰੇ ਪਾਸੇ ਮੀਂਹ ਵਰਦਾ, ਟੋਬੇ ਟੋਇਆਂ ਦੇ ਵਿੱਚ, ਗਲੀਆਂ ਨਾਲਿਆਂ ਦੇ ਵਿੱਚ ਭਰਪੂਰ ਜਲ ਦਿਖਦਾ। ਸੱਚੇ ਪਾਤਸ਼ਾਹ ਬਾਣੀ 'ਚ ਫਰਮਾਉਂਦੇ ਕਿ ਜਲ ਹਰ ਬਰਸਣ ਹਾਰ, ਜਲ ਹਰ ਬਰਸਣ ਹਾਰ, ਜਲ ਹਰ ਬਰਸਣ। ਜਲ ਹਰ ਬਰਸਣ ਹਾਰ, ਜਲ ਹਰ ਬਰਸਣ ਹਾਰ, ਜਲ ਹਰ ਬਰਸਣ। ਸਾਵਣ ਆਇਆ ਹੈ ਸਖੀ, ਸਾਵਣ ਆਇਆ ਹੈ ਸਖੀ, ਸਾਵਣ ਆਇਆ, ਸਾਵਣ ਆਇਆ ਹੈ ਸਖੀ, ਸਾਵਣ ਆਇਆ ਹੈ ਸਖੀ। ਜਲ ਹਰ ਬਰਸਣ ਹਾਰ, ਜਲ ਹਰ ਬਰਸਣ ਹਾਰ, ਜਲ ਇਹਦੇ ਵਿੱਚ ਮੋਰ ਬੋਲਦੇ, ਬਬੀਹੇ ਬੋਲਦੇ, ਡੱਡੂ ਬੋਲਦੇ ਹਨ। ਬੜਾ ਸੁੰਦਰ ਜਿਹਾ ਵਾਤਾਵਰਣ, ਚਾਰੇ ਪਾਸੇ ਜਿਹੜੀ ਧਰਤੀ, ਪੇੜ ਪੌਦੇ, ਪਸ਼ੂ ਪੰਛੀ ਵਿਆਕੁਲ ਗਰਮੀ ਨਾਲ, ਉਹਨਾਂ ਨੂੰ ਰਾਹਤ ਮਿਲਦੀ, ਠੰਡ ਪੈਂਦੀ। ਪੇੜ ਦਰਖਤ ਜਿਹੜੇ ਕੁਮਲਾ ਜਾਂਦੇ ਉਹ ਮੀਂਹ ਦੇ ਪੈਣ ਦੇ ਨਾਲ, ਜਿਨ੍ਹਾਂ 'ਤੇ ਧੂੜ ਧੱਲਾ ਆਦਿ ਜੰਮ ਜਾਂਦਾ, ਸਾਰੇ ਧੋਏ ਜਾਂਦੇ। ਬਨਸਪਤੀ ਇੱਕ ਨਵੀਂ ਕਰਵਟ ਬਦਲਦੀ। ਔਰ ਹਿੰਦੂ ਮਤ ਦੇ ਵਿੱਚ ਮੰਨਿਆ ਜਾਂਦਾ ਵੀ ਇਸ ਮਹੀਨੇ ਦੀ ਜਿਹੜੀ ਹੈ, ਇੱਕ ਪੱਖ ਆਉਂਦਾ ਹੈ ਤੀਸਰਾ ਪੱਖ, ਸਾਵਣ ਦੇ ਤੀਸਰੇ ਪੱਖ ਨੂੰ ਸ਼੍ਰੀ ਹਰੀ ਵਿਸ਼ਨੂੰ ਜੀ ਜਿਹੜੇ ਹਨ ਉਹ ਚਾਰ ਮਹੀਨਿਆਂ ਵਾਸਤੇ ਯੋਗ ਨਿੰਦਰਾ ਵਿੱਚ ਚਲੇ ਜਾਂਦੇ,
ਸਮਾਧੀ ਵਿੱਚ, ਯੋਗ ਸਮਾਧੀ ਵਿੱਚ ਚਲੇ ਜਾਂਦੇ। ਲੰਮੀ ਸਮਾਧੀ ਸ਼੍ਰੀ ਹਰੀ ਵਿਸ਼ਨੂੰ ਦੀ ਲੱਗਦੀ ਹੈ, ਕਿਉਂਕਿ ਖੀਰ ਸਮੁੰਦਰ 'ਚ ਹੋਰ ਜਲ ਭਰ ਜਾਂਦਾ ਹੈ ਔਰ ਡੂੰਘਾ ਆਨੰਦ ਲੈਂਦੇ ਹੋਏ ਪਰਮੇਸ਼ਰ ਦੀ ਉਸਤਤੀ ਵਿੱਚ ਦੂਰ ਚੱਲ ਜਾਂਦੇ। ਇਹ ਜਿਹੜਾ ਮਹੀਨਾ ਹੈ, ਜਦੋਂ ਹੁਣ ਮੀਂਹ ਪੈਂਦੇ ਹਨ, ਮਹਾਰਾਜ ਦੱਸਦੇ ਕਿ ਚਾਰ ਬੰਦਿਆਂ ਨੂੰ ਸੁੱਖ ਮਿਲਦਾ ਅਤੇ ਚਾਰ ਦੁਖੀ ਹੁੰਦੇ, ਕਿਉਂਕਿ ਹਰੇਕ ਮੌਸਮ ਹਰੇਕ ਬੰਦੇ ਨੂੰ ਸਹੀ ਨਹੀਂ। ਕਿਸੇ ਨੂੰ ਗਰਮੀ, ਕਿਸੇ ਨੂੰ ਸਰਦੀ, ਕਿਸੇ ਨੂੰ ਬਰਸਾਤਾਂ ਚੰਗੀਆਂ ਲੱਗਦੀਆਂ। ਚਾਰ ਬੰਦੇ ਬੜੇ ਸੁਖੀ ਅਤੇ ਚਾਰ ਬੜੇ ਦੁਖੀ ਹੁੰਦੇ। ਸੱਚੇ ਪਾਤਸ਼ਾਹ ਆਪਣੀ ਬਾਣੀ 'ਚ ਕਹਿੰਦੇ ਕਿ ਜਿਹੜਾ ਸਾਵਣ ਦਾ ਮਹੀਨਾ, ਨਾਨਕ ਸਾਵਣ ਜੇ ਵਸੈ, ਜੇ ਕਿਤੇ ਸਾਵਣ ਵਰ ਪਵੇ, ਮੀਂਹ ਆਵੇ, ਰੋਜ਼ ਝੜੀ ਲੱਗੇ, ਰੋਜ਼ ਮੀਂਹ ਪਵੇ, ਨਾਨਕ ਸਾਵਣ ਜੇ ਵਸੈ ਚੌ ਉਮਾਹਾ ਹੋਏ। ਚਾਰ ਇਸ ਤਰ੍ਹਾਂ ਦੇ ਜੀਵ ਹਨ ਜਿਨ੍ਹਾਂ ਨੂੰ ਬੜੀ ਖੁਸ਼ੀ ਚੜ੍ਹਦੀ। ਨਾਗਾਂ, ਮਿਰਗਾਂ, ਮੱਛੀਆਂ, ਰਸੀਆਂ ਘਰ ਧਨ ਹੋਏ। ਜਿਹੜੇ ਨਾਗ ਹਨ, ਸੱਪ ਬਹੁਤ ਵੱਧ ਜਾਂਦੇ ਹਨ, ਕਿਉਂਕਿ ਡੱਡੂ ਵੱਧ ਜਾਂਦੇ ਹਨ ਔਰ ਸੱਪਾਂ ਦੀ ਖੁਰਾਕ ਹੈ ਉਹ। ਜਿਹੜੇ ਗਰਮੀ ਦੇ ਵਿੱਚ ਕਿਤੇ ਲੁਕੇ ਛਿਪੇ ਹੁੰਦੇ, ਉਹ ਪਾਣੀ ਵਿੱਚ ਆ ਕੇ ਕੇਲ ਕਰਦੇ ਹਨ। ਨਾਗਾਂ, ਮਿਰਗਾਂ, ਮੱਛੀਆਂ, ਰਸੀਆਂ ਘਰ ਧਨ ਹੋਏ। ਮੱਛੀਆਂ, ਜਿੰਨਾ ਪਾਣੀ ਹੋਏਗਾ ਮੱਛੀ ਨੂੰ ਉਨਾ ਆਨੰਦ ਆਉਂਦਾ, ਉਹ ਹੋਰ ਸੁੱਖ ਮਨਾਉਂਦੀ ਹੈ। ਸਾਧ ਸੰਗਤ, ਮਹਾਰਾਜ ਅੱਗੇ ਬਚਨ ਕਰਦੇ, ਰਸੀਆਂ ਜਿਹੜੇ ਖਾਣ ਪੀਣ ਦੇ ਸ਼ੌਕੀਨ ਬੰਦੇ, ਮੀਂਹ ਪੈਣ ਲੱਗਦਾ, ਕਹਿੰਦੇ ਘਰ ਵਾਲੀ ਨੂੰ ਬਣਾ ਕੁਝ ਅੱਜ। ਫਿਰ ਉਹ ਕਈ ਤਰ੍ਹਾਂ ਦੇ ਮਾਸਾਹਾਰੀ ਮਾਸ ਖਾਂਦੇ, ਸ਼ਾਕਾਹਾਰੀ ਉੱਦਾਂ ਦਾ ਭੋਜਨ ਕਰਦੇ, ਕੋਈ ਮਾਲ ਪੂੜੇ ਬਣਾਉਂਦਾ। ਸੰਗਤ ਜੀ, ਕਿਉਂ ਜਿਸ ਬੰਦੇ ਨੂੰ ਖਾਣ ਪੀਣ ਦਾ ਸ਼ੌਂਕ ਆ, ਮਹਾਰਾਜ ਕਹਿੰਦੇ ਉਹਦੇ ਵਾਸਤੇ ਬੜਾ ਮਹੀਨਾ ਵਧੀਆ। ਰਸੀਆਂ ਘਰ ਧਨ ਹੋਏ, ਜਿਨ੍ਹਾਂ ਦੇ ਘਰ ਵਿੱਚ ਧਨ ਹੈ, ਅਮੀਰ ਬੰਦਾ, ਅਮੀਰ ਬੰਦੇ ਨੂੰ ਇਹ ਮਹੀਨਾ ਬੜਾ ਵਧੀਆ ਲੱਗਦਾ। ਪਰ ਮਹਾਰਾਜ ਦੱਸਦੇ ਅਗਲੀ ਪੰਕਤੀ 'ਚ ਕਿ ਨਾਨਕ ਸਾਵਣ ਜੇ ਵਸੈ ਚੌ ਵਿਛੋੜਾ ਹੋਏ। ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ। ਤੇ ਚਾਰ ਬੰਦਿਆਂ ਨੂੰ ਦੁੱਖ ਵਿਛੋੜਾ, ਚਾਰ ਬੰਦਿਆਂ ਨੂੰ ਬੜਾ ਵਿਛੋੜਾ ਪੈਂਦਾ। ਪਹਿਲਾਂ ਦੱਸਿਆ ਗਾਈ ਪੁੱਤ ਭਾਵ ਬਲਦ। ਪੁਰਾਣੇ ਸਮੇਂ 'ਚ ਟਰੈਕਟਰ ਨਹੀਂ ਸੀ ਹੁੰਦੇ, ਮੀਂਹ ਪੈਣਾ, ਘਰਾਂ ਵਿੱਚੋਂ ਬਲਦ ਖੋਲ੍ਹ ਲੈਣੇ, ਕਿਸਾਨਾਂ ਨੇ ਖੇਤਾਂ 'ਚ ਹਲ ਪਾ ਲੈਣੇ ਵੀ ਚਲੋ ਖੇਤੀ ਕਰੀਏ, ਵਾਹੀ ਕਰੀਏ, ਕਿਉਂਕਿ ਮੀਂਹਾਂ ਦੇ ਸਿਰ ਦੇ ਉੱਤੇ ਹੀ ਖੇਤੀ ਹੁੰਦੀ ਸੀ। ਜਿੰਨੀ ਵਰਖਾ ਹੋਣੀ ਅਤੇ ਉੱਨੀ ਹੀ ਖੇਤ ਜਿਹੜੇ ਹਨ ਉਪਜਾਊ ਹੋ ਜਾਣੇ। ਇਸ ਕਰਕੇ ਜਿਹੜੇ ਕਿਸਾਨ ਲੋਕ ਹੈ ਉਹ ਗਾਈ ਪੁੱਤ ਬਲਦਾਂ ਨੂੰ ਖੋਲ੍ਹ ਕੇ ਲਿਆਉਂਦੇ ਅਤੇ ਲਿਆ ਕਰਕੇ ਖੇਤਾਂ 'ਚ ਲਾ ਦਿੰਦੇ। ਉਹਨਾਂ ਵਾਸਤੇ ਬੜਾ ਬਿਪਤਾ ਦਾ ਦਿਨ ਮਹੀਨਾ ਇਹ। ਉਹ ਕਹਿੰਦੇ ਚੰਗੇ ਭਲੇ ਬੱਝੇ ਸੀ ਕਿੱਲੇ ਨਾਲ ਅਤੇ ਸਾਨੂੰ ਮਾਲਕ ਨੇ ਜੋ ਲਿਆ। ਗਾਈ ਪੁੱਤਾਂ
ਨਿਰਧਨਾ। ਦੂਸਰਾ ਭਾਈ ਨਿਰਧਨ ਬੰਦੇ ਜੀ ਨਾ, ਗਰੀਬ ਆ, ਦਿਹਾੜੀਦਾਰ। ਅਮੀਰ ਬੰਦੇ ਨੂੰ ਮਹਾਰਾਜ ਆ ਪਹਿਲੀ ਪੰਕਤੀ ਦੱਸਿਆ ਸੀ ਵੀ ਜਿਹਨਾਂ ਦੇ ਘਰ ਧਨ ਆ ਉਹਨਾਂ ਨੂੰ ਮਹੀਨਾ ਵਧੀਆ, ਕਿਉਂਕਿ ਪੈਸੇ ਘਰ ਵਿੱਚ ਪਏ ਆ, ਖਾਣ ਦੀਆਂ ਵਸਤੂਆਂ ਹੈ। ਅਤੇ ਗਰੀਬ ਬੰਦੇ ਨੇ ਜਿਹਨੇ ਡੰਗ ਤੋਂ ਡੰਗ ਖਾਣਾ, ਦਿਹਾੜੀ ਨਹੀਂ ਲੱਗਣੀ, ਬਾਹਰ ਕਿਵੇਂ ਜਾਵੇ, ਉਹ ਕੰਮ ਬੰਦ ਹੈ ਸਾਰੇ ਪਾਸੇ, ਚੁੱਲ੍ਹੇ ਚ ਅੱਗ ਨਹੀਂ ਬਲਣੀ। ਇਹ ਮਹੀਨਾ ਉਹਨਾਂ ਵਾਸਤੇ ਬੜਾ ਦੁੱਖ ਭਰਿਆ। ਅਤੇ ਅੱਗੇ ਬਚਨ ਕਰਦੇ ਪੰਥੀ, ਪੰਥੀ ਦਾ ਅਰਥ ਹੈ ਜਿਹੜਾ ਰਾਹਗੀਰ ਹੈ। ਪੁਰਾਣੇ ਸਮੇਂ ਜਿੱਦਾਂ ਹੁਣ ਤਾਂ ਲੁੱਕ ਦੀਆਂ ਸੜਕਾਂ, ਸੀਮਿੰਟ ਦੀਆਂ ਸੜਕਾਂ ਬਣ ਗਈਆਂ, ਕੱਚੇ ਪਾਹੇ ਹੋਣੇ ਉਹਨਾਂ ਤੋਂ ਲੋਕਾਂ ਜਾਣਾ, ਕੱਚੀਆਂ ਸੜਕਾਂ ਤੋਂ ਮੀਂਹ ਪੈਣਾ, ਗਾਰ ਬਣ ਜਾਣੀ, ਚਿੱਕੜ ਹੋਣਾ, ਜਾਇਆ ਨਹੀਂ ਜਾਣਾ, ਨਦੀਆਂ ਚੜ੍ਹ ਆਉਣੀਆਂ। ਅੱਜ ਤਾਂ ਪਤਾ ਨਹੀਂ ਲੱਗਦਾ ਪੁਲ ਕਦੋਂ ਲੰਘ ਗਿਆ ਕੋਈ ਨਦੀ ਦਰਿਆ, ਅੱਠ ਅੱਠ ਕਿਲੋਮੀਟਰ ਦੇ ਪੁਲ ਇੱਕ ਇੱਕ ਦਰਿਆਵਾਂ ਨਦੀਆਂ 'ਤੇ ਲੱਗੇ ਨੇ। ਆ ਜਿਹੜਾ ਤੁਸੀਂ ਬਿਹਾਰ 'ਚ ਦੇਖਦੇ ਆ ਪੁਲ ਲੱਗਿਆ, ਇਹ 7-8 ਕਿਲੋਮੀਟਰ 'ਤੇ ਵੀ ਵੱਡਾ ਪੁਲ, ਏਸ਼ੀਆ ਦਾ ਸਭ ਤੋਂ ਪਹਿਲਾ ਪੁਲ ਇਹ ਸੀ ਜਿਹੜਾ ਵੱਡਾ ਲੱਗਿਆ। ਇਹਦਾ ਇੰਦਰਾ ਗਾਂਧੀ ਨੇ ਉਦਘਾਟਨ ਕੀਤਾ ਸੀ, ਔਰ ਅਗਲੇ ਦਿਨ ਹੀ ਫਿਰ ਬੇਅੰਤ ਸਿੰਘ ਹੋਣਾ ਨੇ ਇੰਦਰਾ ਗਾਂਧੀ ਮਾਰੀ ਸੀ। ਇਹ ਵੀ ਇਤਿਹਾਸ ਹੈ, ਇਹ ਗਾਂਧੀ ਜੀ ਦਾ ਲਾਸਟ ਉਦਘਾਟਨ ਸੀ ਇਹ। ਆ ਤੁਸੀਂ ਜਦੋਂ ਗੰਗਾ ਕੰਢੇ ਜਾਓ ਤਾਂ ਤੁਹਾਨੂੰ ਨਾਲੇ ਸਾਹਮਣੇ ਦੂਜੇ ਪਾਸੇ ਗੰਗਾ 'ਤੇ ਬਣਿਆ ਉਹ ਪੁਲ ਦਿਖੇਗਾ। ਇਹ 8 ਕਿਲੋਮੀਟਰ ਦਾ ਪੁਲ ਹੈ। ਅੱਜ ਕੱਲ੍ਹ ਪੁਲ ਬਣ ਗਏ, ਸੜਕਾਂ ਬਣ ਗਈਆਂ, ਕੋਈ ਮੁਸ਼ਕਲ ਏ ਨਹੀਂ, ਪਰ ਪਿੰਡਾਂ 'ਚ ਹਜੇ ਵੀ ਦਿੱਕਤ ਹੈ। ਰਾਹਗੀਰ ਬੰਦਾ ਜਿਹੜਾ ਪੰਥੀ ਬੰਦਾ ਹੈ ਉਹਨੂੰ ਬੜੀ ਮੁਸ਼ਕਲ ਆਉਂਦੀ ਹੈ। ਉਹ ਮਹੀਨਾ ਚੜ੍ਹਦਾ, ਮੀਂਹ ਪੈਂਦੇ, ਉਹ ਕਹਿੰਦਾ ਵੀ ਮੈਂ ਕਿਵੇਂ ਜਾਵਾਂ, ਨਾ ਰਿਸ਼ਤੇਦਾਰੀ 'ਚ ਜਾ, ਹੁਣ ਕੋਈ ਮਰਗ ਹੋ ਗਈ, ਕੋਈ ਜਨਮ ਹੋ ਗਿਆ, ਖੁਸ਼ੀ ਗਮੀ, ਉਹ ਫਸ ਜਾਂਦਾ ਘਰ 'ਚ। ਅਤੇ ਅਗਲਾ ਬਚਨ ਕਰਦੇ ਹਨ ਚਾਕਰ। ਚਾਕਰ ਦਾ ਅਰਥ ਹੈ ਨੌਕਰੀ ਪੇਸ਼ੇ ਵਾਲਾ, ਜਿਹੜਾ ਕਿਤੇ ਸਰਕਾਰੀ ਦਰਬਾਰੀ ਨੌਕਰੀ ਕਰਦਾ। ਝੜੀ ਲੱਗਦੀ ਹੈ, ਦੋ ਦੋ ਤਿੰਨ ਤਿੰਨ ਦਿਨ ਲੱਗੀ ਰਹਿੰਦੀ, ਹੁਣ ਜੇ ਦੋ ਦਿਨ ਨਾ ਜਾਵੇ ਉਹਨੂੰ ਨੌਕਰੀ ਤੋਂ ਕੱਢ ਦਿੰਦੇ। ਮਹਾਰਾਜ ਕਹਿੰਦੇ ਉਹਨਾਂ ਵਾਸਤੇ ਬੜਾ ਵਿਛੋੜੇ ਦਾ ਦੁੱਖ ਦਾ ਮਹੀਨਾ। ਨਾਨਕ ਸਾਵਣ ਜੇ ਵਸੈ ਚੋ ਵਿਛੋੜਾ ਹੋਏ, ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ। ਜਿਹੜੇ ਪੰਥੀ ਹਨ, ਚਾਕਰ ਹਨ, ਉਹਨਾਂ ਲਈ ਬੜਾ ਔਖਾ, ਬਲਦਾਂ ਲਈ ਬੜਾ ਔਖਾ, ਗਰੀਬਾਂ ਵਾਸਤੇ ਬੜਾ ਔਖਾ। ਮੀਂਹ ਪੈਣਾ ਸ਼ੁਰੂ ਹੋਇਆ, ਛੱਤ ਚੋਣ ਲੱਗ ਗਈ, ਭਾਂਡੇ ਕੱਪੜੇ ਸਭ ਕੁਝ ਖਤਮ ਹੋ ਜਾਂਦਾ। ਆ ਹੁਣ ਯੂਪੀ 'ਚ ਦੇਖਿਆ ਹੀ ਹੈ ਕਿੰਨੀ ਵਾੜ ਆਈ ਹੈ, ਘਰਾਂ ਦੇ ਘਰ ਤਬਾਹ ਹੋ ਰਹੇ, ਖੇਤ ਫਸਲਾਂ। ਮਹਾਰਾਜ ਪਹਿਲਾਂ ਪੰਜਾਬ 'ਚ ਸੀ ਪਿਛਲੇ ਸਾਲ, ਅਤੇ ਇਸ ਵਾਰ ਨਾਨਕ ਮੱਤਾ ਸਾਹਿਬ ਡੈਮ ਜੋ ਉਸ ਪਾਸੇ ਤੋਂ ਕਿੰਨਾ ਪਾਣੀ ਆ ਗਿਆ ਯੂਪੀ 'ਚ, ਚਾਰੇ ਪਾਸੇ ਜਲ ਥਲ ਜਲ ਥਲ ਹੋਈ, ਹਜੇ ਮੀਂਹ ਦੋਕ ਪਏ ਹੈ। ਅਤੇ ਸਾਧ ਸੰਗਤ, ਇਹ ਮਹੀਨੇ ਦੀ ਖਾਸੀਅਤ ਇਹ ਹੈ ਵੀ ਕੁਝ ਸੁੱਖ ਮਨਾਉਂਦੇ, ਕੁਝ ਦੁੱਖ ਮਨਾਉਂਦੇ। ਪਰ ਸੱਚੇ ਪਾਤਸ਼ਾਹ ਕਹਿੰਦੇ ਜੇ ਤੁਸੀਂ ਨਾਮ ਨਾ ਲੱਗ ਗਏ, ਜੇ ਤੁਸੀਂ ਪਰਮੇਸ਼ਰ ਦੇ ਭਜਨ ਨਾ ਲੱਗ ਗਏ, ਫਿਰ ਇਹ ਮਹੀਨਾ ਤੁਹਾਡੇ ਵਾਸਤੇ ਕਦੇ ਦੁੱਖ ਵਾਲਾ ਨਹੀਂ ਹੋਏਗਾ। ਆਖੋ ਸਤਨਾਮ। ਅੱਗੇ ਬਚਨ ਕਿੰਨਾ ਪਿਆਰਾ ਹੈ, ਸਾਵਣ ਸਰਸੀ ਕਾਮਣੀ। ਸਾਵਣ ਦੇ ਮਹੀਨੇ ਵਿੱਚ ਰਸ ਵਾਲੀ ਹੋ ਜਾਂਦੀ ਹੈ ਜੀਵ ਇਸਤਰੀ,
ਕਿਉਂਕਿ ਆਕਾਸ਼ ਵਿੱਚ ਬਿਜਲੀਆਂ ਚਮਕਦੀਆਂ ਅਤੇ ਇਕੱਲੀ ਇਸਤਰੀ ਦਾ ਮਨ ਘਬਰਾਉਂਦਾ, ਉਹ ਕਹਿੰਦੀ ਪਤੀ ਘਰ ਹੋਵੇ ਤਾਂ ਚੰਗਾ, ਜੇ ਪਤੀ ਘਰ ਹੋਵੇ ਚੰਗਾ ਹੈ, ਕਾਲੀਆਂ ਘਟਾ ਚੜੀਆਂ ਹਨ ਅਤੇ ਇਕੱਲੀ ਡਰਦੀ ਹੈ। ਪਰ ਕਿੰਨਾ ਜਿਨ੍ਹਾਂ ਦੇ ਘਰ ਕੰਤ ਘਰ ਵਿੱਚ ਆ ਜਾਂਦੇ ਹਨ, ਮਹਾਰਾਜ ਕਹਿੰਦੇ ਉਹ ਭਾਗਾਂ ਵਾਲੀਆਂ ਹਨ, ਉਹ ਰਸ ਨਾਲ ਭਰ ਜਾਂਦੀਆਂ ਹਨ, ਸਾਵਣ ਦੇ ਮਹੀਨੇ ਵਿੱਚ ਰਸਾਂ ਸਮੇਤ ਹੋ ਜਾਂਦੀਆਂ ਹਨ ਇਸਤਰੀਆਂ, ਜਿਨ੍ਹਾਂ ਦਾ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਨਾਲ ਪਿਆਰ ਹੋ ਜਾਂਦਾ, ਭਾਵ ਪਰਮਾਤਮਾ ਨਾਲ ਪਿਆਰ ਪਾ ਲੈਂਦੇ। ਮਨ ਤਨ ਰਤਾ ਸੱਚ ਰੰਗ, ਉਹਨਾਂ ਦਾ ਮਨ ਉਹਨਾਂ ਦਾ ਤਨ ਪਰਮਾਤਮਾ ਦੇ ਵਿੱਚ ਰੰਗਿਆ ਜਾਂਦਾ। ਜਿਵੇਂ ਦੁਨਿਆਵੀ ਤੌਰ 'ਤੇ ਇਸਤਰੀ 'ਚ ਹੁੰਦਾ ਵੀ ਇਹ ਦਿਨਾਂ 'ਚ ਮੇਰਾ ਘਰ ਵਾਲਾ ਮੇਰੇ ਕੋਲ ਹੋਵੇ, ਪਤੀ ਮੇਰੇ ਕੋਲ ਹੋਵੇ, ਇੱਦਾਂ ਹੀ ਜਿਹੜੀਆਂ ਨਾਮ ਜਪਣ ਵਾਲੀਆਂ ਰੂਹਾਂ ਉਹ ਵੀ ਪਰਮਾਤਮਾ ਦਾ ਨਾਮ ਭਜਨ ਕਰਦੀਆਂ ਰੱਜ ਰੱਜ ਕੇ, ਉਹਨਾਂ ਦਾ ਮਨ ਉਹਨਾਂ ਦਾ ਤਨ ਵਾਹਿਗੁਰੂ ਦੇ ਨਾਮ ਵਿੱਚ ਰੰਗਿਆ ਜਾਂਦਾ ਹੈ। ਅੱਗੇ ਵਚਨ ਕਰਦੇ ਹਨ ਕਿ ਭਾਈ ਵਿਖਿਆ ਰੰਗ ਕੁੜਾਵਿਆ, ਮਾਇਆ ਦਾ ਜਿਹੜਾ ਰੰਗ ਝੂਠਾ ਰੰਗ ਹੈ, ਦਿਸਣ ਸਭੇ ਸਾਰ, ਜੋ ਦਿਖ ਰਿਹਾ ਹੈ ਇਹ ਸਭ ਸਵਾਹ ਹੋ ਜਾਣਾ, ਉਹਨਾਂ ਨੂੰ ਸੱਚਾਈ ਸਮਝ ਆ ਜਾਂਦੀ ਹੈ। ਇਸ ਕਰਕੇ ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ। ਜਿਹੜੀ ਅੰਮ੍ਰਿਤ ਦੀ ਬੂੰਦ ਪੀਣ ਲਈ ਸੰਸਾਰ 'ਚ ਆਇਆ, ਉਹ ਸਿਮਰਨ ਕਰਕੇ ਨਾਮ ਜਪ ਕੇ ਉਸ ਬੂੰਦ ਤੱਕ ਪਹੁੰਚਣ ਲਈ ਕਿੰਨਾ ਭਜਨ ਕਰਦੀਆਂ ਰੂਹਾਂ, ਅਤੇ ਭਾਈ ਉਹ ਗੁਰੂ ਨੂੰ ਮਿਲ ਕੇ ਅੰਮ੍ਰਿਤ ਦੀ ਬੂੰਦ ਪੀਤੀ ਜਾਂਦੀ ਹੈ। ਮਿਲ ਸਾਧੂ ਪੀਵਣ ਹਾਰ। ਅੱਗੇ ਬਚਨ ਬੜਾ ਪਿਆਰਾ ਜੀ, ਜਿੰਨੀ ਸਖੀਏ ਪ੍ਰਭ ਪਾਇਆ। ਭਾਈ ਕਿੰਨੀਆਂ ਪਿਆਰੀਆਂ ਰੂਹਾਂ ਹਨ ਜਿਹੜੀਆਂ ਨਾਮ ਅੰਮ੍ਰਿਤ ਪੀਂਦੀਆਂ ਹਨ, ਜਦੋਂ ਨਾਮ ਅੰਮ੍ਰਿਤ ਛਕ ਲੈਂਦੀਆਂ। ਵਾਣ ਤ੍ਰਿਣ ਪ੍ਰਭ ਸੰਗ ਮੌਲਿਆ, ਉਹਨਾਂ ਨੂੰ ਦਿਖਦਾ ਹੈ ਕਿ ਸਾਰਾ ਸੰਸਾਰ ਪਰਮਾਤਮਾ ਦੇ ਨਾਮ ਵਿੱਚ ਮੌਲਿਆ ਹੋਇਆ, ਮੌਲਿਆ ਦਾ ਅਰਥ ਰੰਗਿਆ ਹੋਇਆ। ਜਿਹੜਾ ਬੰਦਾ ਪਰਮੇਸ਼ਰ ਦੇ ਨਾਮ 'ਚ ਰੰਗ ਜੇ ਉਹਨੂੰ ਸਾਰੇ ਹੀ ਰੰਗੇ ਦਿਖਦੇ, ਅਤੇ ਜਿਹੜਾ ਟੁੱਟ ਜੇ ਉਹਨੂੰ ਸਾਰੇ ਟੁੱਟੇ ਹੀ ਦਿਖਦੇ। ਆਖੋ ਸਤਨਾਮ, ਜਿੱਦਾਂ ਦੀ ਦ੍ਰਿਸ਼ਟੀ ਉੱਦਾਂ ਦੀ ਸ੍ਰਿਸ਼ਟੀ, ਸਾਰੇ ਰੰਗੇ ਦਿਖਦੇ ਹਨ, ਚਾਰੇ ਪਾਸੇ ਦਿਖਦਾ ਪਰਮੇਸ਼ਰ ਨੇ ਮੌਲਿਆ ਸੰਸਾਰ। ਸਮਰੱਥ ਪੁਰਖ ਅਪਾਰ, ਉਹ ਸਮਰੰਥ ਪੁਰਖ ਹੈ ਜਿਹੜਾ ਵਾਹਿਗੁਰੂ ਹੈ, ਅਪਾਰ ਸ਼ਕਤੀ ਦਾ ਮਾਲਕ ਹੈ, ਅਪਾਰ ਹੈ, ਉਹਦਾ ਉਰਲਾ ਪਰਲਾ ਬੰਨਾ ਨਹੀਂ ਮਿਲਦਾ। ਕਹਿੰਦੇ ਐਸੇ ਪਰਮਾਤਮਾ ਨੂੰ ਯਾਦ ਕਰਦੀਆਂ ਰੂਹਾਂ ਤੇ ਤਰਲੇ ਲੈਂਦੀਆਂ, ਉਹ ਰੱਬਾ ਦਰਸ਼ਨ ਦੇ। ਹਰ ਮਿਲਣ ਨੂੰ ਮਨ ਲੋਚਦਾ, ਹਰ ਮਿਲਣ ਨੂੰ ਮਨ ਲੋਚਦਾ, ਹਰ ਉਹ ਅਰਦਾਸਾਂ ਕਰਦੀਆਂ ਹਨ, ਹੇ ਵਾਹਿਗੁਰੂ ਕਿਰਪਾ ਕਰ, ਕਿਰਪਾ ਕਰ, ਤੇਰੀ ਬਖਸ਼ਿਸ਼ ਤੇਰੇ ਕਰਮਾਂ ਨਾਲ ਮਿਲਿਆ ਜਾਣਾ। ਤੇਰੀ ਕਰਮ, ਕਰਮ ਕਹਿੰਦੇ ਬਖਸ਼ਿਸ਼ ਨੂੰ, ਮੁਸਲਮਾਨਾਂ ਦੇ ਵਿੱਚ ਕਰਮ ਲਫ਼ਜ਼ ਬਖਸ਼ਿਸ਼ ਨੂੰ ਕਹਿੰਦੇ। ਜੇ ਆਪਾਂ ਵੈਸੇ ਸੰਸਕ੍ਰਿਤ ਤੋਂ ਦੇਖੀਏ ਇਹਦਾ ਰੂਟ, ਫਿਰ ਕਰਮ ਦਾ ਅਰਥ ਕੰਮ ਹੁੰਦਾ, ਇੱਥੇ ਕਰਮ ਦਾ ਅਰਥ ਹੈ ਬਖਸ਼ਿਸ਼। ਜਿਵੇਂ ਕੋਈ ਮੁਸਲਮਾਨ ਨੂੰ ਪੁੱਛਦਾ
ਕਿ ਤੁਸੀਂ ਕਿਵੇਂ ਹੋ? ਕਹਿੰਦਾ ਅੱਲਾਹ ਦਾ ਕਰਮ ਹੈ, ਅੱਲਾਹ ਦੀ ਬਖਸ਼ਿਸ਼ ਹੈ। ਤੋ ਕਰਮ ਮਤਲਬ ਬਖਸ਼ਿਸ਼, ਇੱਥੇ ਵੀ ਕਰਮ ਦਾ ਮਤਲਬ ਹੈ ਬਖਸ਼ਿਸ਼। ਸਾਧ ਸੰਗਤ, ਅਖੀਰਲੇ ਅੱਖਰ ਨੂੰ ਸਿਹਾਰੀ ਲੱਗੀ ਹੈ, ਕਰਮ ਮਤਲਬ ਬਖਸ਼ਿਸ਼। ਹਰ ਮਿਲਣੇ ਨੂੰ ਮਨ ਲੋਚਦਾ, ਹਰ ਮਿਲਣੇ ਨੂੰ ਮਨ ਲੋਚਦਾ, ਹਰ ਕਰਮ ਮਿਲਾਵਣ ਹਾਰ, ਕਰਮ ਮਿਲਾਵਣ ਹਾਰ, ਕਰਮ ਹਰ ਮਿਲਣੇ ਨੂੰ ਮਨ ਲੋਚਦਾ, ਹਰ ਮਿਲਣੇ ਨੂੰ ਮਨ ਲੋਚਦਾ, ਮਹਾਰਾਜ ਤੁਸੀਂ ਆਪਣੀ ਬਖਸ਼ਿਸ਼ ਕਰੋ, ਬਖਸ਼ਿਸ਼ ਕਰੋ, ਮਿਹਰ ਕਰੋ, ਤੁਹਾਡੀ ਬਖਸ਼ਿਸ਼ ਨਾ ਮਿਲਿਆ ਜਾਣਾ। ਕਿਉਂਕਿ ਜਿਨ੍ਹਾਂ ਨੇ ਪਰਮਾਤਮਾ ਪਾ ਲਿਆ, ਮਹਾਰਾਜ ਕਹਿੰਦੇ ਮੈਂ ਬਲਿਹਾਰ ਜਾਂਦਾ ਉਹਨਾਂ ਤੋਂ। ਜਿੰਨੀ ਸਖੀਏ ਪ੍ਰਭ ਪਾਇਆ, ਹੇ ਸਖੀ ਜਿਨ੍ਹਾਂ ਨੇ ਪਰਮਾਤਮਾ ਪਾ ਲਿਆ ਹੈ, ਮਨਾ ਲਿਆ ਹੈ, ਮਿਲ ਪਈਆਂ ਹਨ ਜੋ ਜਾ ਕੇ, ਹਉ ਤਿਨਕੈ ਸਦ ਬਲਿਹਾਰ, ਮੈਂ ਕੁਰਬਾਨ ਜਾਂਦਾ ਇਸੀਆਂ ਰੂਹਾਂ ਤੋਂ। ਇਸ ਕਰਕੇ ਇਸ ਸ਼ਬਦ ਦੀ ਅਖੀਰ ਚ ਅਰਦਾਸ ਕਰਦੇ ਕਿ ਮਹਾਰਾਜ ਮਿਹਰ ਕਰੋ, ਤਰਸ ਕਰੋ, ਆਪਣਾ ਨਾਮ ਦੇ ਦਿਓ, ਕਿਉਂਕਿ ਸ਼ਬਦ ਤੋਂ ਬਿਨਾਂ ਮਿਲਿਆ ਨਹੀਂ ਜਾ ਸਕਦਾ, ਸ਼ਬਦ ਬਿਨਾਂ ਆਤਮਕ ਜੀਵਨ ਸਵਰਦਾ ਨਹੀਂ। ਨਾਨਕ ਹਰਿ ਜੀ ਮਿਆ ਕਰ, ਹੇ ਮਹਾਰਾਜ ਮੇਰੇ ਨਾਨਕ ਤੇ ਵੀ ਮਿਹਰ ਕਰ। ਸ਼ਬਦ ਸਵਾਰਣ ਹਾਰ, ਮੈਨੂੰ ਆਪਣੇ ਸ਼ਬਦ ਦੇ ਰਾਹੀਂ ਸਵਾਰ ਲਓ। ਸਾਵਣ ਤਿੰਨਾ ਸੁਹਾਗਣੀ, ਸਾਵਣ ਦਾ ਮਹੀਨਾ ਉਹਨਾਂ ਵਾਸਤੇ ਬੜਾ ਚੰਗਾ ਹੈ, ਉਹਨਾਂ ਇਸਤਰੀਆਂ ਵਾਸਤੇ। ਜਿਨ ਰਾਮ ਨਾਮ ਉਰਹਾਰ, ਜਿਨ੍ਹਾਂ ਦੇ ਹਿਰਦੇ 'ਚ ਪਰਮਾਤਮਾ ਦੇ ਨਾਮ ਦਾ ਹਾਰ ਹੈ, ਜਿਨ੍ਹਾਂ ਦੇ ਹਿਰਦੇ 'ਚ ਪਰਮੇਸ਼ਵਰ ਦੇ ਨਾਮ ਦਾ ਹਾਰ ਪੈ ਗਿਆ, ਇਹ ਮਹੀਨਾ ਉਹਨਾਂ ਲਈ ਬਹੁਤ ਚੰਗਾ। ਆਖੋ ਸਤਨਾਮ। ਸੰਗਤ ਜੀ, ਇਹ ਮੁੱਖ ਵਾਕ ਜੋ ਅੱਜ ਦਾ ਮਹੀਨੇ ਦਾ ਬਣਦਾ, ਆਪ ਜੀ ਨੇ ਬੜੇ ਪਿਆਰ ਸ਼ਰਧਾ ਦੇ ਨਾਲ ਸਰਵਣ ਕੀਤਾ ਹੈ। ਜਿਵੇਂ ਮੈਂ ਪਹਿਲਾਂ ਦੱਸਿਆ ਵੀ ਅੱਜ ਮਹਾਰਾਜ ਸੱਚੇ ਪਾਤਸ਼ਾਹ ਦੇ ਪੁਰਬ ਵਿੱਚ, ਬਹੁਤ ਵੱਡਾ ਪੁਰਬ ਹੈ। ਅੱਜ ਦੇ ਦਿਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਸਾਧ ਸੰਗਤ, ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਨੇ ਅੱਜ ਦੇ ਦਿਨ ਦੋ ਤਲਵਾਰਾਂ ਪਹਿਨੀਆਂ। ਤੋ ਆਪਾਂ ਆਓ ਇਤਿਹਾਸ ਸੁਣੀਏ ਮਹਾਰਾਜ ਜੀ ਦਾ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਤੱਤੀ ਤਵੀ ਤੇ ਸ਼ਾਂਤਮਈ ਪੂਰਨੇ ਪਾ ਕੇ ਸ਼ਹੀਦੀ ਦੇ ਦਿੰਦੇ, ਫਿਰ ਗੁਰੂ ਮਹਾਰਾਜ ਨੂੰ ਪਤਾ ਲੱਗਦਾ ਵੀ ਮਹਾਰਾਜ ਸ਼ਹੀਦ ਹੋ ਗਏ। ਫਿਰ ਗੁਰੂ ਹਰਗੋਬਿੰਦ ਮਹਾਰਾਜ ਤਖ਼ਤ 'ਤੇ ਬੈਠੇ,
ਔਰ ਜਦੋਂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਤਖਤ ਮੱਲ ਕੇ ਬਹਿੰਦੇ ਨਾ, ਕਹਿੰਦੇ ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਪੰਜਨ ਗੁਰ ਸੂਰਮਾ ਵੱਡ ਜੋਦਾ ਬਹੁ ਪਰ ਉਪਕਾਰੀ। ਕਹਿੰਦੇ ਐਸਾ ਸਤਿਗੁਰੂ ਸੂਰਮਾ ਵੱਡਾ ਜੋਧਾ ਜਿਹੜਾ ਪਰ ਉਪਕਾਰ ਦੀ ਮਹਾਨ ਮੂਰਤ ਹੈ, ਜਿਸ ਜਿਹਾ ਹੋਰ ਕੋਈ ਨਹੀਂ। ਆਖੋ ਸਤਨਾਮ। ਮਹਾਰਾਜ ਜਦੋਂ ਗੱਦੀ ਤੇ ਬੈਠੇ ਉਦੋਂ ਸਰਕਾਰ ਨੇ ਐਲਾਨ ਕਰ ਦਿੱਤਾ ਵੀ ਕੋਈ ਵੀ ਸਿਰ ਤੇ ਦਸਤਾਰ ਨਾ ਸਜਾਈ ਗੈਰ ਮੁਸਲਮਾਨ, ਔਰ ਇਹ ਹੁਕਮ ਹੋ ਗਿਆ ਵੀ ਜਿਹੜੇ ਸਰਕਾਰੀ ਨੌਕਰ ਹਨ ਸਾਡੇ ਹਿੰਦੂ ਉਹ ਸਜਾ ਸਕਦੇ ਹਨ, ਚੌਧਰੀ ਆਦਿ ਜਿਹੜੇ ਸਨ। ਹੋਰ ਸਾਰਿਆਂ ਨੂੰ ਪਾਬੰਦੀ ਲਾ ਦਿੱਤੀ ਵੀ ਟੋਪੀ ਪਾਉਣੀ ਹੈ। ਸਤਸੰਗਤ, ਇਹ ਗੱਲ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਲੱਗੀ। ਗੁਰੂ ਸਾਹਿਬ ਤਾਂ ਪਹਿਲਾਂ ਹੀ ਚਾਹੁੰਦੇ ਸੀ ਵੀ ਹੁਣ ਭਗਤੀ ਦੇ ਨਾਲ ਸ਼ਕਤੀ ਲੈ ਕੇ ਆਉਣੀ ਚਾਹੀਦੀ ਹੈ, ਕਿਉਂਕਿ ਜਿਹੜਾ ਸੰਤ ਹੈ ਉਹਦੇ ਕੋਲ ਸ਼ਸਤਰ ਵੀ ਚਾਹੀਦਾ, ਜਿੱਥੇ ਸ਼ਾਸਤਰ ਹੈ ਉੱਥੇ ਸ਼ਸਤਰ ਚਾਹੀਦਾ। ਔਰ ਸਦੀਆਂ ਤੋਂ ਇਸ ਤਰ੍ਹਾਂ ਚੱਲਦਾ ਆਇਆ, ਜਿਹੜਾ ਖੱਤਰੀ ਸੀ ਉਹਨੇ ਕਦੇ ਮਾਲਾ ਨਹੀਂ ਫੜੀ ਤੇ ਜਿਹਨੇ ਮਾਲਾ ਫੜੀ ਉਹਨੇ ਕਦੇ ਸ਼ਸਤਰ ਨਹੀਂ ਸੀ ਫੜਿਆ। ਪਰ ਗੁਰੂ ਹਰਗੋਬਿੰਦ ਮਹਾਰਾਜ ਨੇ ਦੋਨੇ ਚੀਜ਼ਾਂ ਇਕੱਠੀਆਂ ਕੀਤੀਆਂ। ਸਤਿਗੁਰੂ ਜੀ ਨੇ ਕਿਹਾ ਇਹਨਾਂ ਦਾ ਫਰਮਾਨ ਨਾ ਫਰਮਾਨ ਕਰਾਂਗੇ, ਮੰਨਾਂਗੇ ਨਹੀਂ। ਇਹ ਕਹਿੰਦੇ ਦਸਤਾਰ ਨਹੀਂ ਸਜਾਣੀ, ਮਹਾਰਾਜ ਨੇ ਬੈਠੇ ਬੈਠੇ ਦੋ ਦਸਤਾਰਾਂ ਸਜਾ ਲਈਆਂ, ਇੱਕ ਥੱਲੇ ਤੇ ਦੂਜੀ ਉੱਤੋਂ, ਇੱਕ ਤਾਂ ਸਜਾਈ ਹੋਈ ਸੀ। ਮੇਰੇ ਸਿੱਖ ਅੱਜ ਤੋਂ ਦੂਰੀ ਦਸਤਾਰ ਬੰਨਣ, ਤੁਸੀਂ ਦੇਖੋ ਅੱਜ ਵੀ ਜਿੰਨੇ ਸਿੱਖ ਰਹਿਤਵਾਨ ਸਿੰਘ ਹਨ ਉਹ ਸਿੰਗਲ ਦਸਤਾਰ ਨਹੀਂ ਬੰਨਦੇ ਕਦੇ ਵੀ, ਥੱਲੇ ਛੋਟੀ ਕੇਸ ਕੀ ਸਜਾਉਂਦੇ ਹਨ। ਜਿਹੜੀ ਦਸਤਾਰ ਹੈ ਅਕਸਰ ਪੰਜ ਮੀਟਰ ਦੀ ਬੰਨਦੇ, ਕੋਈ 3 ਮੀਟਰ ਦੀ ਬੰਨਦਾ, ਕੋਈ 5 ਦੀ। ਤੇ ਦਸਤਾਰ ਦਾ ਇੱਕ ਆਮ ਥੱਲੇ ਕਹਿੰਦੇ ਵੀ 50 ਬੰਨਣੀ ਆ। 50 ਦਾ ਮਤਲਬ ਹੁੰਦਾ ਹੈ ਅੱਧਾ। ਇਹ ਜਿਹੜਾ 50 ਲਫ਼ਜ਼ ਅੰਗਰੇਜ਼ਾਂ ਨੇ ਦਿੱਤਾ ਨਾ, ਕਿਉਂਕਿ ਜਦੋਂ ਫੌਜ ਵਿੱਚ ਵਸਤਰ ਮਿਲਦੇ, ਵਰਦੀ ਮਿਲਣੀ, ਇੱਕ ਤਾਂ ਦਸਤਾਰ ਦੇਣੀ, ਤੇ ਹੁਣ ਦਸਤਾਰ ਦੇ ਥੱਲੇ ਜਿਹੜੀ ਛੋਟੀ ਦਸਤਾਰ ਹੈ ਉਹਨੂੰ ਉਹਨਾਂ ਨੇ 50 ਕਹਿਣਾ, ਇਸ ਕਰਕੇ ਇਹਨੂੰ 50 ਕਿਹਾ ਜਾਂਦਾ। ਤੇ ਅੱਜ ਕੱਲ੍ਹ ਤਾਂ ਰੀਬਨ ਜਿਹਾ ਬੰਨ ਲੈਂਦੇ, ਉਹਨੂੰ ਹੀ 50 ਦੇ ਦਿੰਦੇ। ਘੱਟੋ ਘੱਟ 2-2.5 ਮੀਟਰ ਦਾ ਕੱਪੜਾ ਜਿਹੜਾ ਹੈ ਦਸਤਾਰ ਦੇ ਥੱਲੇ, ਦੂਰੀ ਦਸਤਾਰ ਜਿਹਨੂੰ 50 ਕਿਹਾ ਜਾਂਦਾ, ਇਹ ਸਜਾਉਣੀ ਹੈ। ਸੰਗਤ ਜੀ, ਉਹ ਸੱਚੇ ਪਾਤਸ਼ਾਹ ਨੇ ਬੈਠੇ ਬੈਠੇ ਦੋ ਦਸਤਾਰਾਂ ਸਜਾਈਆਂ। ਫਿਰ ਮਹਾਰਾਜ ਨੂੰ ਪਤਾ ਲੱਗਿਆ ਵੀ ਉਹਨਾਂ ਨੇ ਸੰਗੀਤ ਤੇ ਪਾਬੰਦੀ ਲਾ ਦਿੱਤੀ। ਮਹਾਰਾਜ ਕਹਿੰਦੇ ਅਸੀਂ ਢਾਡੀ ਵਾਰਾਂ ਸ਼ੁਰੂ ਕਰਾਂਗੇ। ਦੂਜਾ ਹੁਕਮ ਸੀ ਘੋੜੇ ਦੀ ਸਵਾਰੀ ਨਹੀਂ ਕਰਨੀ। ਮਹਾਰਾਜ ਜੀ ਨੇ ਚਾਰੇ ਪਾਸੇ ਸਿੰਘਾਂ ਨੂੰ ਕਿਹਾ ਘੋੜਿਆਂ ਦੀ ਸਵਾਰੀ ਕਰੋ, ਵਧੀਆ ਘੋੜੇ ਲੈ ਕੇ ਆਓ। ਫਿਰ ਅਗਲਾ ਹੁਕਮ ਹੋਇਆ ਸਰਕਾਰ ਦਾ ਕਿ ਉੱਚੀ ਜਗ੍ਹਾ ਨਹੀਂ ਬੈਠੇਗਾ ਕੋਈ। ਗੁਰੂ ਸਾਹਿਬ ਨੇ ਤਖ਼ਤ ਬਣਾਇਆ,
ਸੱਚੇ ਪਾਤਸ਼ਾਹ ਨੇ ਹਰ ਸੱਚੇ ਤਖ਼ਤ ਰਚਾਇਆ ਸਤਸੰਗਤ ਮੇਲਾ। ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਰਵਾਇਆ। ਫਿਰ ਉਸ ਤੋਂ ਬਾਅਦ ਸਾਧ ਸੰਗਤ ਬਾਬਾ ਬੁੱਢਾ ਸਾਹਿਬ ਨੂੰ ਕਹਿਣ ਲੱਗੇ ਵੀ ਅੱਜ ਤੱਕ ਤੁਸੀਂ ਗੱਦੀ ਦਾ ਤਿਲਕ ਲਾਉਂਦੇ ਆਏ ਹੋ, ਅੱਜ ਅਸੀਂ ਭਗਤੀ ਦੇ ਨਾਲ ਸ਼ਕਤੀ ਵੀ ਧਾਰਨ ਕਰਨੀ ਹੈ। ਇੱਕ ਤਲਵਾਰ ਅਸੀਂ ਪਹਿਨੀ ਹੋਈ ਹੈ ਭਗਤੀ ਦੀ ਤੇ ਦੂਜੀ ਤਲਵਾਰ ਆਪਾਂ ਅੱਜ ਸ਼ਕਤੀ ਦੀ ਪਾਵਾਂਗੇ। ਬਾਬਾ ਬੁੱਢਾ ਸਾਹਿਬ ਜੀ ਨੇ ਤਲਵਾਰ ਧਾਰਨ ਕਰਾਈ, ਮੇਰੇ ਸਿੱਖ ਜਿਹੜੇ ਹਨ ਉਹ ਸ਼ਸਤਰਧਾਰੀ ਹੋ ਕੇ ਬਾਹਰ ਆਉਣਗੇ। ਮਹਾਰਾਜ ਜੀ ਦਾ ਹੁਕਮ ਹੋਇਆ, ਬਾਬਾ ਬੁੱਢਾ ਜੀ ਨੇ ਖੱਬੇ ਮੋਢੇ ਤੇ ਸੱਜੇ ਪਾਸੇ ਨੂੰ ਪਹਿਲਾਂ ਪਹਿਨਾਈ। ਕਈ ਇਤਿਹਾਸਕਾਰ ਕਹਿੰਦੇ ਵੀ ਭੁਲੇਖਾ ਲੱਗ ਗਿਆ ਬਾਬਾ ਬੁੱਢਾ ਜੀ ਨੂੰ ਵੀ ਪਾਉਣੀ ਸੱਜੇ ਮੋਢੇ ਤੋਂ ਖੱਬੇ ਮੋਢੇ ਵਾਲੇ ਪਾਸੇ ਨੂੰ ਸੀ, ਖੱਬੀ ਬੱਖੀ ਵਾਲੇ ਪਾਸੇ, ਵੀ ਉਹ ਭੁਲੇਖਾ ਲੱਗ ਗਿਆ, ਬਜ਼ੁਰਗ ਉਮਰ ਹੈ। ਬਾਬਾ ਬੁੱਢਾ ਨੂੰ ਬਜ਼ੁਰਗ ਕਹਿਣਾ ਵੱਡੀ ਮਾੜੀ ਗੱਲ ਹੈ। ਉਹ ਬ੍ਰਹਮ ਗਿਆਨੀ ਹੋਏ ਨੇ ਤੇ ਬ੍ਰਹਮ ਗਿਆਨੀ ਬੱਚਾ ਨਹੀਂ ਹੁੰਦਾ, ਨਿਆਣਾ ਨਹੀਂ ਹੁੰਦਾ। ਬ੍ਰਹਮ ਗਿਆਨੀ ਨੂੰ ਸਭ ਕੁਝ ਪਤਾ ਹੁੰਦਾ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਭ ਸਦ ਜੀਵ ਹੈ ਨਹੀਂ ਮਰਤਾ। ਬ੍ਰਹਮ ਗਿਆਨੀ ਤਾਂ ਮੁਕਤੀ ਜੁਗਤੀ ਦਾ ਦਾਤਾ ਹੁੰਦਾ, ਬ੍ਰਹਮ ਗਿਆਨੀ ਦੀ ਸ਼ੋਭਾ ਬੇਅੰਤ ਹੋਇਆ ਕਰਦੀ ਹੈ। ਤੋ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਹੋਏ, ਉਹਨਾਂ ਨੂੰ ਭੁਲੇਖਾ ਨਹੀਂ ਸੀ ਲੱਗ ਸਕਦਾ। ਇਹ ਗੁਰੂ ਹਰਗੋਬਿੰਦ ਮਹਾਰਾਜ ਨੇ ਕਿਹਾ ਵੀ ਮੈਨੂੰ ਇੱਕ ਤਲਵਾਰ ਤੁਸੀਂ ਇੱਦਾਂ ਪਹਿਨਣੀ ਤੇ ਦੂਜੀ ਦੂਸਰੇ ਤਰ੍ਹਾਂ ਸਿੱਧੇ ਪਾਸੇ ਨੂੰ ਪਹਿਨਾਉਣੀ। ਦੋ ਤਲਵਾਰਾਂ ਧਾਰਨ ਕਰਕੇ ਸੰਗਤ ਨੂੰ ਕਹਿੰਦੇ, ਸੰਗਤ ਜੀ ਆਹ ਜਿਹੜੀ ਤਲਵਾਰ ਮੇਰੇ ਸੱਜੇ ਵਾਲੇ ਪਾਸੇ ਹੈ, ਇਹ ਜਿਹੜੀ ਤਲਵਾਰ ਇਹ ਮੀਰੀ ਦੀ ਹੈ ਤੇ ਇਹ ਪੀਰੀ ਦੀ ਹੈ। ਮੀਰੀ ਦਾ ਅਰਥ ਹੈ ਬਾਦਸ਼ਾਹੀ ਤੇ ਪੀਰੀ ਦਾ ਅਰਥ ਹੈ ਰੂਹਾਨੀਅਤ। ਮੈਂ ਦੋਹੇ ਚੀਜ਼ਾਂ ਧਾਰਨ ਕੀਤੀਆਂ ਹਨ, ਇਸ ਕਰਕੇ ਅੱਜ ਤੋਂ ਗੁਰੂ ਨਾਨਕ ਦੇ ਘਰ ਦੇ ਵਿੱਚ ਜਿਹੜਾ ਵੀ ਆਏਗਾ ਉਹ ਸ਼ਸਤਰਧਾਰੀ ਹੋਏਗਾ। ਛੇਵੇਂ ਗੁਰੂ ਤੋਂ ਲੈ ਕੇ ਦਸਵੇਂ ਗੁਰੂ ਤੱਕ ਉਸੇ ਤਰ੍ਹਾਂ ਲੱਕ ਦੇ ਨਾਲ ਤਲਵਾਰ ਗਾਤਰੇ ਵਿੱਚ ਪਾ ਕੇ ਗੁਰੂ ਕੇ ਸਿੱਖ ਤੇ ਗੁਰੂ ਸਾਹਿਬ ਰੱਖਦੇ ਰਹੇ। ਤੇ ਇਹਦਾ ਅੱਗੇ ਵੀ ਸਾਨੂੰ ਹੁਕਮ ਬਖਸ਼ਿਸ਼ ਕੀਤਾ ਸੱਚੇ ਪਾਤਸ਼ਾਹ ਜੀ ਨੇ, ਮਿਹਰਬਾਨ ਹੋ ਕੇ ਸੰਗਤ ਜੀ। ਇਸ ਤਰ੍ਹਾਂ ਅੱਜ ਦੇ ਦਿਨ ਬਾਬਾ ਬੁੱਢਾ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ, ਜਿੱਥੇ ਗੱਦੀ ਦੇ ਤਿਲਕ ਲਵਾਏ ਮਹਾਰਾਜ ਨੂੰ, ਪੰਜ ਗੁਰੂਆਂ ਨੂੰ, ਗੁਰੂ ਹਰਗੋਬਿੰਦ ਮਹਾਰਾਜ ਨੂੰ, ਤੇ ਉੱਥੇ ਸੰਗਤ ਜੀ ਬਾਬਾ ਬੁੱਢਾ ਸਾਹਿਬ ਨੇ ਰਸਮ ਨਿਭਾਈ ਮੀਰੀ ਪੀਰੀ ਦੀ, ਸ਼ਸਤਰਧਾਰੀ ਕੀਤਾ ਕਿ ਭਾਈ ਜਬ ਹਮਰੇ ਦਰਸ਼ਨ ਕੋ ਆਵੋ, ਬਨ ਸੁਚੇਤ ਤਨ ਸ਼ਸਤਰ ਸਜਾਵੋ, ਕਮਰ ਕਸਾ ਕਰ ਦੇਹੋ ਦਿਖਾਈ, ਹਮਰੀ ਖੁਸ਼ੀ ਹੋਏ ਦਿਖਾਈ, ਯਹੀ ਮੋਰ ਆਗਿਆ ਸੁਨੋ ਰੇ ਪਿਆਰੇ, ਬਿਨਾਂ ਸ਼ਸਤਰ ਕੇ ਸਿੰਘ ਨਾ ਦੇਵੋਂ ਦੇ ਦਾਰੇ, ਬਿਨਾਂ ਸ਼ਸਤਰ ਕੇ ਸਿੰਘ ਦਾ ਰੰਗ ਪੇੜ ਜਾਣੋ, ਗਹੋ ਕਾਨ ਤਾ ਕੋ ਕਿਦੇ ਲੈ ਸਦਾਨੋ। ਇਸ ਕਰਕੇ ਜੇ ਮੇਰੀ ਦਰਸ਼ਨ ਕਰਨੇ ਹਨ ਤੇ ਸ਼ਸਤਰਧਾਰੀ ਹੋ ਕੇ ਆਓ। ਔਰ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਦੋ ਤਲਵਾਰਾਂ ਪਹਿਨੀਆਂ। ਅੱਜ ਵੀ ਤੁਸੀਂ ਦੇਖੋ ਜਿੱਥੇ ਜਿੱਥੇ ਸੱਚੇ ਪਾਤਸ਼ਾਹ ਦੇ ਸਥਾਨ ਦੋ ਨਿਸ਼ਾਨ ਸਾਹਿਬ, ਜਿਹੜਾ ਮੀਰੀ ਦਾ ਨਿਸ਼ਾਨ ਹੈ ਇਹ ਪੀਰੀ ਦੇ ਨਿਸ਼ਾਨ ਨਾਲੋਂ ਛੋਟਾ। ਪੀਰੀ ਦਾ ਅਰਥ ਹੈ ਰੂਹਾਨੀਅਤ, ਭਗਤੀ ਵੱਡੀ ਹੈ ਤੇ ਇੱਕ ਰਾਜਨੀਤੀ ਹੈ, ਸ਼ਕਤੀ ਹੈ। ਹੁਣ ਦੋਹਾਂ ਦੀ ਲੋੜ ਹੈ। ਅੱਜ ਅਸੀਂ ਸ਼ਕਤੀ ਪਿੱਛੇ ਸਾਰੇ ਭੱਜਦੇ, ਭਗਤੀ ਨਹੀਂ ਕਰਦੇ। ਗੁਰੂ ਸਾਹਿਬ ਨੇ ਕਿਹਾ ਦੋਨਾਂ ਦੀ ਲੋੜ ਹੈ, ਬੈਲੈਂਸ ਰੱਖੋ। ਔਰ ਜਿਹੜੀ ਮੀਰੀ ਹੈ ਇਹ ਪੈਰ ਦੀ ਜੁੱਤੀ ਹੈ, ਜਿਹੜੀ ਪੀਰੀ ਹੈ ਇਹ ਸਿਰ ਦਾ ਤਾਜ ਹੈ।
ਸਮਝੋ ਦੁਆਰੇ, ਜਿਹੜੀ ਸ਼ਕਤੀ ਹੈ ਭਾਵ ਰਾਜਨੀਤੀ ਹੈ, ਇਹ ਪੈਰ ਦੀ ਜੁੱਤੀ ਸਮਝੋ। ਜਿਵੇਂ ਜੁੱਤੀ ਸਾਨੂੰ ਕੰਡੇ ਨਾ ਲੱਗੇ ਬਚਾਉਂਦੀ ਹੈ, ਪੱਥਰ ਨਾ ਲੱਗੇ, ਠੋਕਰ ਨਾ ਲੱਗ ਜੇ, ਜੁੱਤੀ ਆਪਾਂ ਇਸੇ ਲਈ ਪਾਉਂਦੇ ਵੀ ਕੋਈ ਗੰਦੀ ਮੰਦੀ ਚੀਜ਼ ਪੈਰ ਨੂੰ ਨਾ ਲੱਗ ਜੇ। ਜਿਹੜੀ ਰਾਜਨੀਤੀ ਹੈ ਆਪਣੇ ਆਪ ਨੂੰ ਸੇਫ ਕਰਨ ਲਈ ਧਾਰਨ ਕਰਨੀ ਹੈ, ਆਪਣੇ ਆਪ ਨੂੰ ਬਚਾਉਣ ਲਈ ਧਾਰਨ ਕਰਨੀ ਹੈ ਸ਼ਕਤੀ। ਅਤੇ ਇਸੇ ਤਰ੍ਹਾਂ ਜਿਹੜਾ ਸਿਰ ਦਾ ਤਾਜ ਹੈ ਇਹ ਪੀਰੀ ਹੈ। ਹੁਣ ਜੇ ਤੁਸੀਂ ਪੈਰ ਦੀ ਜੁੱਤੀ ਨੂੰ ਸਿਰ 'ਤੇ ਲੈ ਜਾਓ ਅਤੇ ਸਿਰ ਵਾਲੀ ਦਸਤਾਰ ਨੂੰ ਪੈਰ 'ਤੇ ਲਿਆਓ, ਕੌਣ ਚੰਗਾ ਸਮਝੇ? ਭਗਤੀ ਨੂੰ ਉੱਚਾ ਕਿਹਾ ਮਹਾਰਾਜ ਗਰੀਬ ਨਵਾਜ ਜੀ ਨੇ, ਕਿਹਾ ਪੀਰੀ ਉੱਚੀ ਹੈ। ਇਸ ਕਰਕੇ ਨਿਸ਼ਾਨ ਸਾਹਿਬ ਤੁਸੀਂ ਦੇਖੋਗੇ ਪੀਰੀ ਦਾ ਨਿਸ਼ਾਨ ਉੱਚਾ ਜੀ। ਮੀਰੀ ਦਾ ਅਰਥ ਹੁੰਦਾ ਬਾਦਸ਼ਾਹੀ, ਸ਼ਕਤੀ, ਰਾਜਨੀਤੀ। ਜਿਹੜਾ ਮੀਰੀ ਦਾ ਨਿਸ਼ਾਨ ਹੈ ਉਹ ਤੁਹਾਨੂੰ ਥੋੜ੍ਹਾ ਨੀਵਾਂ ਮਿਲੇਗਾ। ਜਿੱਥੇ ਵੀ ਦੇਖ ਲਓ ਸੱਚੇ ਪਾਤਸ਼ਾਹ ਜੀ ਦੇ ਸਥਾਨਾਂ 'ਤੇ, ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਵੀ ਦੋ ਨਿਸ਼ਾਨ ਸਾਹਿਬ ਲੱਗੇ ਹਨ ਵੀ ਜਿਹੜੀ ਪੀਰੀ ਹੈ ਇਹ ਹਮੇਸ਼ਾ ਉੱਚੀ ਹੈ ਅਤੇ ਮੀਰੀ ਜਿਹੜੀ ਹੈ ਪੈਰ ਦੀ ਜੁੱਤੀ ਹੈ। ਪਰ ਅੱਜ ਉਲਟ ਹੋ ਗਿਆ, ਸਾਡੇ ਜਥੇਦਾਰਾਂ ਨੇ ਸਿਰ ਦੀ ਦਸਤਾਰ ਨੂੰ ਪੈਰ ਵਿੱਚ ਅਤੇ ਪੈਰ ਦੀ ਜੁੱਤੀ ਸਿਰ ਨੂੰ ਰੱਖ ਲਈ। ਸ਼ਕਤੀ ਭਗਤੀ ਦੇ ਉੱਤੇ ਹਾਵੀ ਹੋ ਰਹੀ ਹੈ, ਜਦਕਿ ਭਗਤੀ ਉੱਚੀ ਹੈ, ਸ਼ਕਤੀ ਨੀਵੀਂ ਹੈ। ਜੇ ਭਗਤੀ ਹੈ ਤੇ ਤਾਂ ਸ਼ਕਤੀ। ਅੱਜ ਬਾਬਾ ਦੀਪ ਸਿੰਘ ਸਾਹਿਬ ਨੂੰ ਲੋਕ ਮੱਥੇ ਟੇਕਦੇ, ਬਾਬਾ ਦੀਪ ਸਿੰਘ ਸਾਹਿਬ ਦੀ ਪੂਜਾ ਕਰਦੇ, ਕਿਉਂ? ਭਗਤੀ ਕੀਤੀ। ਜੇ ਉਹ ਸ਼ਕਤੀ ਆਈ ਇੰਨੀ, ਉਹ ਭਗਤੀ ਵਿੱਚੋਂ ਹੀ ਆਈ ਹੈ। ਅਤੇ ਅੱਜ ਦੇ ਦਿਨ ਆਪਾਂ ਸਿੱਖੀਏ ਵੀ ਭਗਤੀ ਕਰਨੀ ਹੈ, ਸ਼ਸਤਰ ਧਾਰਨ ਕਰਨੇ, ਬਿਨਾਂ ਸ਼ਸਤਰਾਂ ਤੋਂ ਨਹੀਂ ਰਹਿਣਾ। ਗੁਰੂ ਦੀਆਂ ਖੁਸ਼ੀਆਂ, ਤੁਹਾਡਾ ਕੋਈ ਕੰਮ ਅੜਿਆ, ਤੁਸੀਂ ਅੰਮ੍ਰਿਤ ਛਕਿਆ, ਐਦਾਂ ਉੱਤੋਂ ਕਿਰਪਾਨ ਪਾ ਕੇ ਰੱਖਿਆ ਕਰੋ। ਉੱਤੋਂ ਤੁਸੀਂ ਮਹਾਰਾਜ ਦੇ ਹੁਕਮ ਵਿੱਚ ਚੱਲੋਗੇ। ਗਾਤਰੇ ਵਾਲੀ ਕਿਰਪਾਨ ਬੀਬੀਆਂ ਉੱਪਰੋਂ ਫੈਸ਼ਨ ਨਹੀਂ ਕਰਨੇ ਬਹੁਤੇ। ਕਈ ਬੀਬੀਆਂ ਅੰਮ੍ਰਿਤ ਛੱਕ ਕੇ ਭਰਵੱਟੇ ਮੁੰਨਦੀਆਂ, ਕਿੰਨੇ ਹੀ ਫੈਸ਼ਨ ਕਰਦੀਆਂ। ਜਿਨ੍ਹਾਂ ਨੇ ਅੰਮ੍ਰਿਤ ਛੱਕਿਆ ਉਹਨਾਂ ਨੂੰ ਇਹ ਚੀਜ਼ਾਂ ਸ਼ੋਭਦੀਆਂ ਨਹੀਂ। ਇਸ ਕਰਕੇ ਭੇਡਾਂ ਮੁੰਨੀਆਂ ਜਾਂਦੀਆਂ। ਵੀਰਾਂ ਨੂੰ ਵੀ ਬੇਨਤੀ ਆ ਵੀ ਭੇਡਾਂ ਮੁੰਨੀਆਂ ਜਾਂਦੀਆਂ, ਦਾੜੀਆਂ ਨਾ ਮਨਾਓ, ਸ਼ਕਤੀ ਇਕੱਠੀ ਕਰੋ। ਤੁਹਾਡਾ ਕੋਈ ਕੰਮ ਕਾਰ ਰੁਕਿਆ ਹੈ, ਤੁਸੀਂ ਮਹਾਰਾਜ ਅੱਗੇ ਤਰਲਾ ਲਓ, ਸ਼ਸਤਰ ਪਹਿਨੋ, ਗੁਰੂ ਹਰਗੋਬਿੰਦ ਜੀ ਨੂੰ ਯਾਦ ਕਰੋ, ਭਗਤੀ ਅਤੇ ਸ਼ਕਤੀ ਧਾਰਨ ਕਰੋ। ਜੇ ਤੁਸੀਂ ਸੁਖਮਨੀ ਸਾਹਿਬ, ਜਪਜੀ ਸਾਹਿਬ ਬਾਣੀਆਂ ਪੜ੍ਹਦੇ ਅਤੇ ਆਪਣੇ ਸਰੀਰ ਨਾਲ ਸ਼ਸਤਰ ਲਾ ਕੇ ਰੱਖੋ, ਆਪਣੇ ਘਰ 'ਚ ਸੋਹਣੇ ਸੋਹਣੇ ਸ਼ਸਤਰ ਰੱਖੋ। ਤੁਹਾਨੂੰ ਸ਼ਸਤਰਾਂ ਨਾਲ ਪਿਆਰ ਹੋਣਾ ਚਾਹੀਦਾ। ਮਹਿੰਗੇ ਮਹਿੰਗੇ ਬੈੱਡ ਸੋਫੇ ਘਰਾਂ 'ਚ ਲਾਉਂਦੇ, ਕਿੰਨੇ ਮਹਿੰਗੇ ਮਹਿੰਗੇ ਰਸੋਈ ਦੇ ਵਿੱਚ ਭਾਂਡੇ ਬਣਾਉਂਦੇ, ਡਾਇਨਿੰਗ ਟੇਬਲ ਆਦਿ, ਕਿੰਨੇ ਸੋਹਣੇ ਸਿਨਰੀਆਂ ਘਰ 'ਚ ਮਹਿੰਗੀਆਂ ਹਜ਼ਾਰਾਂ ਦੀਆਂ, ਵੀਹ ਵੀਹ ਪੱਚੀ ਪੱਚੀ ਹਜ਼ਾਰਾਂ ਦੀ, ਅਤੇ ਉੱਥੇ 10-15 ਹਜ਼ਾਰ ਦੀ ਕੋਈ ਚੰਗੀ ਤਲਵਾਰ ਵੀ ਰੱਖੋ, ਚੰਗਾ ਸ਼ਸਤਰ ਰੱਖੋ। ਜਿਹੜੇ ਗੁਰੂ ਦੇ ਸਿੱਖ ਹਨ ਉਹ ਸ਼ਸਤਰਾਂ ਨਾਲ ਪ੍ਰੇਮ ਕਰਦੇ ਹਨ ਔਰ ਗੁਰੂ ਸਾਹਿਬ ਦੀਆਂ ਖੁਸ਼ੀਆਂ ਮਿਲਦੀਆਂ। ਤੋ ਅੱਜ ਸ਼ਸਤਰ ਦਿਵਸ 'ਤੇ ਇਹੀ ਕਿ ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰੇਂਗੇ ਤਿਸ ਵਿਗੜੇਂਗੇ ਕਾਜ। ਜੇ ਸ਼ਸਤਰਾਂ ਨੂੰ ਧਾਰਨ ਨਹੀਂ ਕਰੋਗੇ ਕੰਮ ਵਿਗੜਨਗੇ ਤੁਹਾਡੇ। ਇਸ ਕਰਕੇ ਕੰਘਾ ਕੇਸਾਂ 'ਚ ਲਾ ਕੇ ਰੱਖੋ, ਸ਼੍ਰੀ ਸਾਹਿਬ ਉੱਤੋਂ ਪਾ ਕੇ ਰੱਖੋ। ਕਿਤੇ ਵੀ ਜਾਣਾ ਤੁਸੀਂ ਪੈਂਟ ਕੋਟ ਪਾਓ, ਕੁਰਤਾ ਪਜਾਮਾ ਪਾਓ, ਪੈਂਟ ਸ਼ਰਟ ਪਾਓ। ਤੁਸੀਂ ਗੁਰੂ ਨੂੰ ਅੱਗੇ ਰੱਖਣਾ, ਲੋਕਾਂ ਦੇ ਪਹਿਰਾਵੇ ਥੱਲੇ, ਦੁਨਿਆਵੀ ਆਪਣਾ ਪਹਿਰਾਵਾ ਥੱਲੇ ਅਤੇ ਗੁਰੂ ਦਾ ਪਹਿਰਾਵਾ ਉੱਤੇ ਰੱਖਣਾ। ਗੁਰੂ ਦੇ ਪਹਿਰਾਵੇ ਨੂੰ ਨਹੀਂ ਦੱਬਣਾ,
ਗੁਰੂ ਦੀ ਬਾਣੀ ਨੂੰ ਨਹੀਂ ਦੱਬਣਾ ਅੰਦਰੇ ਅੰਦਰ, ਪ੍ਰਗਟ ਕਰੋ, ਪੜ੍ਹੋ, ਜਵਾਨੀ ਪੜ੍ਹੋ, ਬਾਣੀ ਯਾਦ ਕਰੋ, ਸੁੰਦਰ ਦਸਤਾਰਾਂ ਸਜਾਵੋ, ਦਾੜੀਆਂ ਨਾ ਰੰਗੋ, ਕੇਸ ਨਾ ਰੰਗੋ, ਕੇਸਾਂ ਦੀ ਬੇਅਦਬੀ ਨਾ ਕਰੋ, ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਸਾਬਤ ਸੂਰਤ ਰਹਿਣਾ, ਪਰਮੇਸ਼ਰ ਨੇ ਜਿਵੇਂ ਦੇ ਬਣਾਇਆ ਉਦਾਂ ਦੇ ਰਹਿਣਾ, ਚਿੱਟਿਆਂ ਨੂੰ ਲੁਕੋ ਕੇ ਕਰਨਾ ਕੀ, ਇੱਕ ਦਿਨ ਮਰਨਾ ਹੀ ਹੈ। ਬਾਬਾ ਅਕਾਲੀ ਫੂਲਾ ਸਿੰਘ ਸਾਹਿਬ ਨੇ ਕਿਹਾ ਸੀ, ਮਹਾਰਾਜੇ ਰਣਜੀਤ ਸਿੰਘ ਨੇ ਦਾੜੀ ਰੰਗ ਲਈ, ਰਾਣੀ ਜਿਹੜੀ ਮੋਰਾ ਨਾਚੀ ਸੀ ਨਾ, ਉਹ ਕਹਿੰਦੀ ਸੀ ਵੀ ਤੂੰ ਬੁੱਢਾ ਹੋ ਗਿਆ, ਉਹ ਕਹਿੰਦਾ ਬੁੱਢੇ ਦਾ ਕੀ ਆ, ਮੈਂ ਤਾਂ ਹੁਣ ਜਵਾਨ ਹੋ ਜਾ, ਪਾ ਕੇ ਕੌਲੀ ਦੇ ਵਿੱਚ ਉਹਨੇ ਕਾਲ ਖਮਾਲ ਲਈ ਮੂੰਹ ਨੂੰ, ਵੀ ਲੈ ਹੋ ਗਿਆ ਜਵਾਨ। ਤੇ ਬਾਬਾ ਫੂਲਾ ਸਿੰਘ ਜੀ ਨੂੰ, ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਨੂੰ ਪਤਾ ਲੱਗਿਆ ਵੀ ਸੱਦ ਲਿਆ, ਫਿਰ ਉਹਨੇ ਕਿਹਾ ਵੀ ਜਾ ਕੇ ਕਹਿ ਦਿਓ ਕਾਣੇ ਢੱਗੀ ਨੂੰ, ਜਦ ਇੱਕ ਦਿਨ ਮਰਨਾ ਹੈ ਤੇ ਮੂੰਹ ਕਾਲਾ ਕਿਉਂ ਕਰਨਾ ਹੈ, ਜਦ ਮਰੀ ਜਾਣਾ ਇੱਕ ਦਿਨ ਮੂੰਹ ਕਾਲਾ ਕਿਉਂ ਕਰਨਾ, ਲੁਕੋ ਕੇ ਕੀ ਕਰਨਾ। ਕਈ ਬੰਦੇ ਚਲਾਕੀ ਕਰਦੇ ਵੀ ਚਿੱਟੇ ਕੇਸ ਆ ਗਏ ਉਹਨੂੰ ਲੁਕਾਉਂਦੇ ਆ, ਇਹ ਬੁਢੇਪਾ ਨਹੀਂ ਲੁਕ ਸਕਦਾ, ਇੱਕ ਪਾਸਿਓਂ ਲੁਕਾਉਂਗੇ ਨੇ ਦੂਜੇ ਪਾਸਿਓਂ ਆ ਜਾਣਾ, ਫਿਰ ਤੁਹਾਡੇ ਦੰਦ ਹਿੱਲਣ ਲੱਗ ਜਾਣੇ, ਦੰਦ ਤੁਸੀਂ ਬਨੌਟੀ ਲਾ ਲਏ ਡਾਕਟਰ ਕੋਲ ਜਾ ਕੇ, ਫਿਰ ਉਹ ਤੋਂ ਬਾਅਦ ਕੰਨਾਂ ਦੇ ਵਿੱਚ ਆ ਗਿਆ, ਸਰੀਰ ਕੰਬਣ ਲੱਗ ਗਿਆ, ਸਾਹ ਚੜ੍ਹਨ ਲੱਗ ਗਿਆ। ਬੁਢੇਪੇ ਨੇ ਨਵੇਂ ਤੋਂ ਨਵਾਂ ਰੂਪ ਲੈ ਕੇ ਆ ਜਾਣਾ, ਬੁਢੇਪੇ ਨੂੰ ਲੁਕੋਇਆ ਨਹੀਂ ਜਾ ਸਕਦਾ, ਅਤੇ ਮੌਤ ਸੱਚਾਈ ਇਹਨੂੰ ਕਬੂਲ ਕਰੋ, ਦਾੜੀਆਂ ਨਾ ਰੰਗੋ, ਕੇਸ ਨਾ ਰੰਗੋ, ਕੇਸਾਂ ਦੀ ਬੇਅਦਬੀ ਨਾ ਕਰੋ, ਸ਼ਸਤਰਧਾਰੀ ਹੋ। ਕਿਉਂਕਿ ਅੱਜ ਦਾ ਜਿਹੜਾ ਦਿਨ ਹੈ ਨਾ, ਭਾਈ ਤਾਰੂ ਸਿੰਘ ਸਾਹਿਬ ਜੀ ਦਾ ਸ਼ਹੀਦੀ ਦਾ ਦਿਨ ਹੈ। ਭਾਈ ਤਾਰੂ ਸਿੰਘ ਸਾਹਿਬ ਜਿਹੜੇ ਸਨ, ਉਹ ਪੂਹਲੇ ਦੇ ਵਸਨੀਕ ਸਨ, ਪਿੰਡ ਪੂਹਲੇ ਦੇ ਰਹਿਣ ਵਾਲੇ ਸੀ। ਬਚਪਨ ਦੇ ਵਿੱਚ ਉਹਨਾਂ ਦੇ ਪਿਤਾ ਜੀ ਦੀ ਮੌਤ ਹੋ ਜਾਂਦੀ ਹੈ, ਮਾਂ ਨੇ ਦੋ ਬੱਚੇ ਇੱਕ ਭੈਣ ਸੀ ਅਤੇ ਇਹਨਾਂ ਨੂੰ ਪਾਲਿਆ, ਵਾਹੀ ਕਰਨੀ, ਖੇਤੀ ਕਰਨੀ ਨਾਲ ਲੈ ਕੇ ਜਾਣਾ, ਗੁਰਬਾਣੀ ਪੜ੍ਹਦਿਆਂ ਖੇਤ ਬੀਜ ਬੀਜਣਾ, ਫਸਲ ਨੂੰ ਪਾਲਣਾ, ਫਸਲ ਨੂੰ ਕੱਟਣਾ, ਅਤੇ ਜਿਹੜੀ ਫਸਲ ਆਈ ਉਹਦੇ ਲੰਗਰ ਪ੍ਰਸ਼ਾਦ ਜਿਹੜਾ ਘਰ 'ਚ ਆ ਗਿਆ ਉਹਨੂੰ ਛਕਾਉਣਾ। ਕੋਈ ਹਿੰਦੂ ਆ ਜਾਵੇ, ਮੁਸਲਮਾਨ ਆ ਜਾਵੇ, ਕੋਈ ਆ ਜਾਵੇ, ਸਿੱਖ ਆ ਜਾਵੇ, ਹਰੇਕ ਨੂੰ ਪ੍ਰਸ਼ਾਦਾ, ਗੁਰੂ ਨਾਨਕ ਦੇ ਸਿੱਖ ਦਾ ਇਹੀ ਫਰਜ਼ ਹੈ। ਫਿਰ ਸਿੰਘ ਜੰਗਲਾਂ 'ਚ ਚੱਲ ਕੇ ਜ਼ਕਰੀਆ ਖਾਨ ਨੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਜਿਹੜਾ ਜ਼ਕਰੀਆ ਖਾਨ ਸੀ, ਇਹ ਚਾਹੁੰਦਾ ਸੀ ਸਿੱਖਾਂ ਦਾ ਖੋਰਾ ਖੋਜ ਮਿਟਾ ਦਿਆਂ, ਚਾਰੇ ਪਾਸੇ ਇਹਨੇ ਹਾਹਾਕਾਰ ਮਚਾ ਦਿੱਤੀ। ਸਿੰਘ ਜੰਗਲਾਂ ਦੇ ਵਿੱਚ ਜਾ ਕੇ ਇੱਕ ਨੀਤੀ ਦੇ ਤਹਿਤ, ਗੁਰੀਲਾ ਯੁੱਧ ਨੀਤੀ ਦੇ ਤਹਿਤ ਸਮੇਂ ਦੀ ਉਡੀਕ ਕਰਨ ਲੱਗੇ, ਅਤੇ ਜੰਗਲਾਂ ਦੇ ਵਿੱਚ ਭਾਈ ਤਾਰੂ ਸਿੰਘ ਜਾ ਕੇ ਲੰਗਰ ਦੀਆਂ ਦੇਗਾਂ ਰਸਤਾਂ ਪਜਾਉਂਦੇ, ਸੁੱਕੀਆਂ ਰਸਦਾਂ ਭੈਣ ਨੂੰ ਲੈ ਕੇ ਨਾਲ। ਇਹਨਾਂ ਦੇ ਪਿੰਡ ਇੱਕ ਬੰਦਾ ਰਹਿੰਦਾ, ਇਹਦਾ ਨਾਮ ਹਰਭਗਤ ਨਰੰਜਨੀਆ ਹੈ, ਇਹ ਤੰਬਾਕੂ ਖਾਂਦਾ। ਅਤੇ ਭਾਈ ਤਾਰੂ ਸਿੰਘ ਸਾਹਿਬ ਨੇ ਕਹਿਣਾ, ਚਾਚਾ ਤੰਬਾਕੂ ਨਾ ਖਾਇਆ ਕਰ, ਇਹ ਸਰੀਰ ਨੂੰ ਨੁਕਸਾਨ ਕਰਦਾ। ਉਹਨੇ ਕਹਿਣਾ, ਬਹੁਤ ਵੱਡਾ ਸਿੱਖਿਆ ਦੇਣ ਵਾਲਾ ਆ ਗਿਆ, ਅਤੇ ਤੈਨੂੰ ਕੀ ਪਤਾ, ਇਹ ਤਾਂ ਚੰਗੀ ਚੀਜ਼ ਆ। ਅਤੇ ਫਿਰ ਲੋਕਾਂ ਨੇ ਵੀ ਉਹਨੂੰ ਕਹਿਣਾ ਵੀ ਤੈਨੂੰ ਤਾਰੂ ਸਿੰਘ ਵੀ ਕਹਿੰਦਾ। ਉਹ ਈਰਖਾ ਕਰਦਾ ਸੀ ਭਾਈ ਤਾਰੂ ਸਿੰਘ ਤੋਂ। ਇੱਕ ਦਿਨ ਜਦੋਂ ਰਸਦ ਦੇਣ ਲਈ ਜੰਗਲ ਵਿੱਚ ਜਾ ਰਹੇ ਸੀ, ਜਿਹੜੇ ਜੰਗਲਾਂ ਵਿੱਚ ਸਿੰਘ ਲੁਕੇ ਸਨ ਉਹਨਾਂ ਨੂੰ ਲੰਗਰ ਦੀ ਰਸਦ ਦੇਣ ਜਾ ਰਹੇ, ਇਹਨੇ ਪਿੱਛਾ ਕੀਤਾ। ਇਹਨੇ ਕਿਹਾ ਵੀ ਇਹ ਤਾਂ ਸਿੱਖਾਂ ਦੀ ਮਦਦ ਕਰਦਾ। ਜ਼ਕਰੀਆ ਖਾਨ ਨੇ ਕਿਹਾ, ਮੈਂ ਸਾਰੇ ਸਿੱਖ ਮਾਰ ਦਿੱਤੇ ਹੈ। ਇਹ ਜਾ ਕੇ ਇਸ ਨੇ ਜ਼ਕਰੀਆ ਖਾਨ ਦੇ ਕੋਲ ਸ਼ਿਕਾਇਤ ਕੀਤੀ ਵੀ ਬਾਗੀਆਂ ਦੀ ਮਦਦ ਕਰਨ ਵਾਲਾ ਇੱਕ ਬਾਗੀ ਸਾਡੇ ਪਿੰਡ ਰਹਿੰਦਾ, ਵੀ ਜੰਗਲਾਂ ਦੇ ਵਿੱਚ ਜਿਹੜੇ ਸਿੱਖ ਵੱਸਦੇ ਉਹਨਾਂ ਨੂੰ ਰਸਦਾਂ ਪਹੁੰਚਾਉਂਦਾ,
ਉਹਨੇ ਹਰ ਭਗਤ ਨਿਰੰਜਨੀਏ ਦੇ ਨਾਲ 20 ਬੰਦੇ ਪੈਦਲ ਫੜਨ ਵਾਸਤੇ ਭੇਜ ਦਿੱਤੇ। 20 ਬੰਦੇ ਪੈਦਲ, ਇੱਕ ਘੋੜ ਸਵਾਰ। ਜਦੋਂ ਪਿੰਡ ਵਿੱਚ ਆਏ, ਭਾਈ ਸਾਹਿਬ ਘਰ ਨਾ ਸੀ, ਮਾਂ ਨੇ ਦੇਖਿਆ ਵੀ ਫੌਜ ਆਈ ਹੈ ਚੜ੍ਹ ਕੇ। ਪਰਮਾਤਮਾ ਦਾ ਸਿਮਰਨ ਭਜਨ ਕਰਨ ਵਾਲੀ ਬੀਬੀ ਸੀ, ਉਹ ਬਹੁਤ ਬਰੇਵ ਲੇਡੀ ਸੀ। ਉਹਨਾਂ ਨੇ ਜਦੋਂ ਦੇਖਿਆ, ਕਿਹਾ ਕੋਈ ਗੱਲ ਨਹੀਂ ਜੀ, ਉਹ ਬਾਹਰ ਗਏ, ਤੁਸੀਂ ਆਓ ਬੈਠੋ, ਜਲ ਪਾਣੀ ਛਕੋ, ਆ ਜਾਣਗੇ। ਇਹਨੇ ਨੂੰ ਭਾਈ ਸਾਹਿਬ ਆ ਗਏ। ਉਹਨਾਂ ਤੋਂ ਪਹਿਲਾਂ ਉਹਨਾਂ ਦੀ ਮਾਂ ਅਤੇ ਭੈਣ ਨੂੰ ਬੰਨਿਆ ਹੋਇਆ ਸੀ। ਪਿੰਡ ਵਾਲਿਆਂ ਨੇ ਕਿਹਾ ਕਿ ਭਾਈ ਤਾਰੂ ਸਿੰਘ, ਅਸੀਂ ਵਕਾਵਤ ਕਰ ਦਿੰਦੇ, ਇਹਨਾਂ ਨੂੰ ਮਾਰ ਦਿੰਦੇ ਹਾਂ, 20 ਬੰਦੇ ਤਾਂ ਹੈ, ਆਪਾਂ ਸੁੱਖ ਨਾਲ ਕਿੰਨਾ ਪਿੰਡ ਹੈ। ਉਹ ਕਹਿੰਦੇ ਹੁਣ ਤਾਂ ਤੁਸੀਂ ਮਾਰ ਦੋਗੇ, ਇਹ ਗੱਲ ਸਰਕਾਰ ਤੱਕ ਪਹੁੰਚੇਗੀ, ਪਿੰਡ ਦਾ ਕੁਝ ਵੀ ਨਹੀਂ ਵੱਜਣਾ, ਪਿੰਡ ਸਾਰਾ ਉੱਜੜ ਜਾਣਾ, ਤਾਂ ਮੈਨੂੰ ਜਾਣ ਦਿਓ। ਤਾਂ ਭਾਈ ਤਾਰੂ ਸਿੰਘ ਸਾਹਿਬ ਕਹਿਣ ਲੱਗੇ ਠੀਕ ਹੈ। ਉਹ ਪਿੰਡ ਵਾਲੇ ਸਰਪੰਚ ਪੰਚ ਸਾਰਿਆਂ ਨੇ ਮਿਲ ਕੇ ਕਿਹਾ, ਇਹਨਾਂ ਦੀ ਜਿਹੜੀ ਭੈਣ ਆ, ਇਹਨਾਂ ਨੂੰ ਛੱਡ ਦਿਓ, ਨਾਲੇ ਮਾਂ ਨੂੰ। ਤਾਂ ਫਿਰ ਉਹ ਗੱਲ ਮੰਨ ਕੇ ਵੀ ਤਾਰੂ ਸਿੰਘ ਕਿ ਵੀ ਨਾਲ ਤਾਂ ਜਾ ਹੀ ਰਹੇ ਹੈ, ਆਪਾਂ ਇਹਨੂੰ ਛੱਡ ਦਈਏ। ਭਾਈ ਤਾਰੂ ਸਿੰਘ ਸਾਹਿਬ ਕਚਹਿਰੀ ਵਿੱਚ ਪਹੁੰਚੇ ਜ਼ਕਰੀਆ ਖਾਨ ਨੇ। ਜ਼ਕਰੀਆ ਖਾਨ ਬੜਾ ਦੇਖ ਕੇ ਹੈਰਾਨ, ਕਿੰਨਾ ਸੁੰਦਰ ਸਰੀਰ ਦਾ ਮਾਲਕ ਹੈ, ਸੋਹਣਾ ਦਾੜਾ, ਸੋਹਣੇ ਕੇਸ ਆ। ਉਹ ਕਹਿਣ ਲੱਗਿਆ, ਭਰ ਜਵਾਨੀ ਤੈਨੂੰ ਚੰਗੀ ਨਹੀਂ ਲੱਗਦੀ, ਤੂੰ ਸਿੱਖੜਿਆਂ ਦੀ ਮਦਦ ਕਰਕੇ ਤੂੰ ਕਿਉਂ ਮੌਤ ਮੁੱਲ ਲੈਂਦਾ? ਕਹਿੰਦਾ ਮੇਰਾ ਫਰਜ਼ ਹੈ, ਮੈਂ ਤਾਂ ਪ੍ਰਸ਼ਾਦਾ ਜੀ, ਕੋਈ ਘਰ ਵੀ ਆ ਜੇ ਛਕਾਉਂਦਾ। ਕਹਿੰਦਾ ਚਲਾਕੀਆਂ ਨਾ ਕਰ, ਤੂੰ ਸਿੱਖਾਂ ਦੀ ਮਦਦ ਕਰਦਾ, ਤੂੰ ਵੀ ਸਿੱਖ ਹੈ। ਕਹਿੰਦਾ ਹਾਂ, ਮੈਂ ਵੀ ਸਿੱਖ ਹਾਂ, ਝੂਠ ਕਿਉਂ ਬੋਲਣਾ? ਹੁਣ ਸਾਨੂੰ ਉਹਨਾਂ ਦਾ ਐਡਰੈਸ ਦੱਸ, ਕਿੱਥੇ ਰਹਿੰਦੇ ਨੇ। ਉਹ ਕਹਿੰਦੇ ਵੀ ਇਹ ਤਾਂ ਮੈਨੂੰ ਪਤਾ ਨਹੀਂ ਕਿਹੜੀ ਜਗ੍ਹਾ ਰਹਿੰਦੇ ਹਨ, ਨਾਲੇ ਉਹਨਾਂ ਦਾ ਕਿਹੜੇ ਇੱਕ ਟਿਕਾਣਾ। ਰਾਤ ਕਿਤੇ ਦਿਨ ਕਿਤੇ ਬੀਤੇ ਹੈ, ਰਾਤ ਕਿਤੇ ਬਤੀਤ ਹੁੰਦੀ ਆ, ਦਿਨ ਕਿਤੇ ਬਤੀਤ ਹੁੰਦਾ ਉਹਨਾਂ ਦਾ। ਪੀਠ ਲਗਾਏ ਨਾ ਧਰ ਪਰ ਸੌ ਹੈ, ਉਹ ਜ਼ਮੀਨ ਪਰ ਨਹੀਂ ਸੌਂਦੇ, ਪਿੱਠ ਲਾ ਕੇ ਨਹੀਂ ਦੇਖਦੇ, ਘੋੜਿਆਂ 'ਤੇ ਸੌਂ ਜਾਂਦੇ ਬੈਠੇ ਬੈਠੇ। ਦੱਸਾਂ ਤਾਂ ਜੇ ਮੈਨੂੰ ਪਤਾ ਹੋਵੇ। ਉਹ ਕਹਿਣ ਲੱਗਾ ਝੂਠ ਬੋਲਦਾ, ਝੂਠ ਬੋਲਦਾ, ਤੈਨੂੰ ਕਤਲ ਕਰ ਦਾਂਗੇ, ਤੈਨੂੰ ਕਤਲ ਕਰ ਦਾਂਗੇ। ਉਹ ਕਹਿੰਦੇ ਨਹੀਂ ਨਹੀਂ, ਮੈਂ ਗੁਰੂ ਦਾ ਸਿੱਖ ਹਾਂ, ਮੈਂ ਡਰਦਾ ਨਹੀਂ। ਉਹ ਸਿੱਖ ਸ਼ਬਦ ਸੁਣ ਕੇ ਇੰਨੀ ਨਫ਼ਰਤ ਕਰਦਾ ਸੀ, ਉਹਨੇ ਸਿੱਖ ਅਤੇ ਗੁਰੂ ਸ਼ਬਦ 'ਤੇ ਪਾਬੰਦੀ ਲਾ ਦਿੱਤੀ ਸੀ। ਗੁਰੂ ਨਹੀਂ ਸੀ ਕਹਿੰਦਾ, ਜੇ ਕੋਈ ਗੁੜ ਵੀ ਕਹਿੰਦਾ ਸੀ ਨਾ ਗੁੜ, ਉਹਦੇ 'ਤੇ ਵੀ ਕਾਰਵਾਈ ਕਰ ਦਿੰਦਾ ਸੀ ਜ਼ਕਰੀਆ ਖਾਨ। ਇੱਦਾਂ ਦੇ ਹਾਲਾਤ ਬਣੇ ਹੋਏ ਸੀ। ਸਿੱਖ ਸ਼ਬਦ ਕਹਿਣਾ, ਗੁਰੂ ਸ਼ਬਦ ਕਹਿਣਾ, ਇਹਨੂੰ ਬੜੀ ਖੇਚ ਚੜ੍ਹੀ, ਕਿਉਂਕਿ ਇਹਨੇ ਡੰਕਾ ਵਜਾ ਦਿੱਤਾ ਸੀ, ਮੈਂ ਤਾਂ ਸਿੱਖ ਮਾਰ ਦਿੱਤੇ। ਪਰ ਜਦ ਸਿੱਖ ਸਾਹਮਣੇ ਖੜਾ ਦੇਖਿਆ, ਭਾਈ ਸਾਹਿਬ ਕਹਿੰਦੇ ਮੇਰੀ ਸਿੱਖੀ ਤਾਂ ਕੇਸਾਂ ਸਵਾਸਾਂ ਨਾਲ ਨਿਭੇਗੀ, ਤੂੰ ਮੈਨੂੰ ਕੀ ਮਾਰ ਸਕਦਾ। ਉਹ ਕਹਿੰਦਾ ਮੈਂ ਤੇਰੇ ਕੇਸ ਹੀ ਨਹੀਂ ਰਹਿਣ ਦੇਣੇ। ਪੁੱਠਾ ਦਿਮਾਗ ਸੀ ਰਾਜੇ ਦਾ, ਮੁਸਲਮਾਨ ਸੀ, ਦਿਆ ਤਰਸ ਹੈ ਹੀ ਨਹੀਂ ਸੀ ਅੰਦਰ। ਉਹਨੇ ਕਿਹਾ ਇਸ ਬੰਦੇ ਦੇ ਕੇਸ ਕਤਲ ਕੀਤੇ ਜਾਣ। ਹੁਣ ਪੂਰੇ ਸ਼ਹਿਰ 'ਚ ਕੋਈ ਜਿਹੜਾ ਹੈ ਨਾਈ ਸੀ, ਉਹ ਨਹੀਂ ਮੰਨਿਆ ਵੀ ਕੇਸ ਕੱਟੇ। ਉਹ ਸਿੱਖ ਦੇ ਕੌਣ ਕੇਸ ਕੱਟ ਸਕਦਾ? ਅਤੇ ਸਾਧ ਸੰਗਤ, ਫਿਰ ਜੇਲ੍ਹ ਦੇ ਵਿੱਚ ਇੱਕ ਕੈਦੀ ਸੀ, ਉਹ ਮੋਚੀ ਸੀ, ਉਹਨੂੰ ਬੁਲਾਇਆ ਗਿਆ ਵੀ ਤੇਰੀ ਸਜ਼ਾ ਮਾਫ ਕਰ ਦਾਂਗੇ, ਤੂੰ ਇਸ ਦੇ ਸਿਰ ਦੇ ਕੇਸ ਲਾਉਣੇ ਆ। ਸਾਧ ਸੰਗਤ, ਹੁਣ ਜਦੋਂ ਕੇਸ ਕੱਟਦਾ ਸ਼ਕਤੀ ਵਰਤਦੀ, ਉਦੋਂ ਕੱਟੇ ਨਹੀਂ ਜਾਂਦੇ।
ਭਾਈ ਸਾਹਿਬ ਕਹਿੰਦੇ ਮੇਰੇ ਕੇਸਾਂ ਨੂੰ ਨਾ ਕੱਟੋ, ਮੈਨੂੰ ਦਰਦ ਹੋਣਾ, ਮੇਰੀ ਖੋਪੜੀ ਲਹਿੰਦੀ ਲਹਿ ਜੇ ਪਰ ਕੇਸ ਨਾ ਕੱਟਿਓ। ਉਹ ਕਹਿਣ ਲੱਗੇ ਖੋਪੜੀ ਨਾਲ ਦਰਦ ਜ਼ਿਆਦਾ ਹੋਣਾ ਕੇਸਾਂ ਨਾਲ ਨਹੀਂ? ਕਹਿੰਦੇ ਨਾ, ਮੈਨੂੰ ਤਾਂ ਕੇਸਾਂ ਨਾਲ ਦਰਦ ਹੋਣਾ, ਜੇ ਖੋਪੜੀ ਲਹਿ ਗਈ ਫਿਰ ਦਰਦ ਕੋਈ ਨਹੀਂ। ਉਹ ਕਹਿੰਦੇ ਅਸੀਂ ਤਾਂ ਮਾਰਨਾ ਹੀ ਹੈ ਤੈਨੂੰ। ਫਿਰ ਹੁਣ ਰੰਬੀ ਦੇ ਨਾਲ ਉਸ ਮੋਚੀ ਨੂੰ ਕਿਹਾ ਵੀ ਜੇ ਤੇਰੇ ਤੋਂ ਨਹੀਂ ਕੱਟੇ ਜਾਂਦੇ ਕੇਸ, ਖੋਪੜੀ ਇਸ ਦੀ ਰੰਬੀ ਦੇ ਨਾਲ ਲਾ ਦੇ। ਅੱਜ ਦਾ ਦਿਨ ਹੈ ਸੰਗਤ ਜੀ, ਜਦੋਂ ਭਾਈ ਸਾਹਿਬ ਦੇ ਸੀਸ ਦੇ ਉੱਤੇ ਰੰਬੀ ਚਲਾ ਕਰਕੇ ਕੇਸਾਂ ਸਮੇਤ ਖੋਪੜ ਤਾਰਿਆ ਗਿਆ। ਤੇ ਭਾਈ ਸਾਹਿਬ ਕਹਿੰਦੇ ਸੀ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ। ਮੇਰਾ ਸਿੱਖੀ ਸਿਦਕ ਨਾ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਮੇਰਾ ਤੇ ਭਾਈ ਸਾਹਿਬ ਨੂੰ ਕਹਿਣ ਲੱਗਿਆ ਉਹ ਤੈਨੂੰ ਮੈਂ ਮਾਰਾਂਗਾ, ਤੈਨੂੰ ਖੋਪੜ ਤਾਰ ਕੇ ਮਾਰ ਦਾਂਗਾ। ਭਾਈ ਸਾਹਿਬ ਨੇ ਕਿਹਾ ਸੀ ਤੇ ਤੂੰ ਮੈਨੂੰ ਕੀ ਮਾਰੇਗਾ, ਮੈਂ ਤੈਨੂੰ ਆਪਣੇ ਪੈਰ ਦੀ ਜੁੱਤੀ ਨਾਲ ਅੱਗੇ ਲਾ ਕੇ ਲੈ ਕੇ ਜਾਵਾਂਗਾ। ਵਚਨ ਹੋ ਗਿਆ ਸੀ, ਸਿੱਖਾਂ ਦੇ ਮੂੰਹ ਤੋਂ ਨਿਕਲੇ ਬੋਲ ਖਾਲੀ ਨਹੀਂ ਜਾਂਦੇ, ਚੜ੍ਹਦੀ ਕਲਾ ਵਾਲੇ ਸਿੱਖ ਯੋਧਿਆਂ ਦੇ। ਇੱਧਰ ਜਦੋਂ ਮਾਰੀ ਰੰਬੀ, ਇੱਥੇ ਸਾਧ ਸੰਗਤ ਖੂਨ ਦੇ ਫੁਹਾਰੇ ਚੱਲ ਪਏ। ਜਿਵੇਂ ਜਿਵੇਂ ਰੰਬੀ ਤੇ ਹਥੌੜੀ ਦੀ ਸੱਟ ਵੱਜਦੀ ਆ, ਦਿਮਾਗ ਦੇ ਵਿੱਚ ਚੀਸਾਂ ਲਹਿਰਾਂ ਉੱਠਦੀਆਂ। ਪਰ ਧੰਨ ਗੁਰੂ ਦਾ ਸਿੱਖ ਕਹਿੰਦੇ ਪਰਲ ਪਰਲ ਪ੍ਰਣਾਲੇ ਵਾਂਗ ਖੂਨ ਜਾ ਰਿਹਾ, ਚਰਬੀ ਪਿਘਲ ਪਿਘਲ ਕੇ ਨਿਕਲ ਕੇ ਉਹਨਾਂ ਦੇ ਸਰੀਰ ਦੇ ਉੱਤੇ ਮੂੰਹ ਮੱਥੇ ਦੇ ਉੱਤੇ ਛਾ ਰਹੀ ਆ, ਖੂਨ ਦੇ ਨਾਲ ਲੱਥ ਪੱਥ ਹੋ ਗਏ। ਉਹਨੇ ਮਾਰ ਕੇ ਝਟਕਾ ਖਿੱਚੇ, ਕੇਸ ਖੋਪੜ ਨਾਲ ਆ ਗਿਆ, ਖੋਪੜੀ ਉਤਾਰੀ ਭਾਈ ਤਾਰੂ ਸਿੰਘ ਸਾਹਿਬ ਦੀ। ਧੰਨ ਗੁਰੂ ਦਾ ਸਿੱਖ ਇੱਕ ਵਾਰ ਵੀ ਓਏ ਸੀ ਉਫ ਤੱਕ ਨਾ ਕੀਤੀ, ਏਦਾਂ ਢਾਸ ਨਾ ਲਾ ਕੇ ਜਪਜੀ ਸਾਹਿਬ ਪੜ੍ਹਦੇ ਰਹੇ। ਜਿੱਦਾਂ ਹੀ ਖੋਪੜ ਉਤਰਿਆ, ਉੱਧਰ ਉਹਨੂੰ ਪਿਸ਼ਾਬ ਦਾ ਬੰਨ ਪੈ ਗਿਆ ਜ਼ਕਰੀਆ ਖਾਨ, ਤਕਲੀਫ ਦਰਦ, ਉਹਦੀਆਂ ਚੀਸਾਂ ਨਿਕਲ ਗਈਆਂ ਜੀ। ਇੱਧਰ ਗੁਰੂ ਦਾ ਸਿੱਖ ਖੋਪੜੀ ਤੋਂ ਬਿਨਾਂ ਇਹਨੂੰ ਸਿੱਖਾਂ ਦੇ ਸਪੁਰਦ ਕਰ ਦਿੱਤਾ, ਜਿਹੜੇ ਉੱਥੇ ਦੇ ਸਨ ਕੁਝ ਲੋਕ, ਉਹਨਾਂ ਨੇ ਮੱਲਮ ਪੱਟੀ ਕੀਤੀ ਸਿਰ ਤੇ। ਭਾਈ ਤਾਰੂ ਸਿੰਘ ਸਾਹਿਬ ਨੇ ਕਿਹਾ ਵੀ ਹੁਣ ਸਾਡਾ ਜਾਣ ਦਾ ਸਮਾਂ ਆ ਗਿਆ, 21 ਦਿਨ ਜਿਉਂਦੇ ਰਹੇ। ਖੋਪੜ ਉਤਰਨ ਤੋਂ ਬਾਅਦ ਸੰਗਤ ਜੀ ਕੇਸ ਨਹੀਂ ਕਟਾਏ, ਖੋਪਰ ਲਵਾਉਣਾ ਮਨਜ਼ੂਰ ਸੀ। 21 ਦਿਨ ਜੀਵਤ ਰਹੇ, ਇੱਧਰ 21 ਦਿਨ ਬੰਨ ਪਿਆ ਰਿਹਾ, ਦੂਜਾ ਦਿਨ ਤੀਜਾ ਦਿਨ ਬੰਨ। ਜਦੋਂ 3-4 ਦਿਨ ਬੰਨ ਪੈ ਗਿਆ ਨਾ, ਪਾਣੀ ਪੀਵੇ ਤੜਫ ਤੜਪ ਕੇ ਮਰਨ ਦੇ ਜਾਨ ਨਿਕਲੇ। ਸਿੱਖਾਂ ਕਿਹਾ ਜਿਹੜੇ ਉੱਥੇ ਦੀਵਾਨ ਦੀ ਡਿਊਟੀ ਕਰਦੇ ਸੀ, ਉਹ ਕਹਿਣ ਲੱਗੇ ਵੀ ਤੇਰਾ ਇਹ ਇਲਾਜ ਹੋ ਸਕਦਾ, ਵੈਦ ਬੁਲਾਏ ਕੋਈ ਇਲਾਜ ਨਹੀਂ ਹੋ ਰਿਹਾ, ਸ਼ਾਹੀ ਵੈਦ ਆਉਣ ਕੋਈ ਇਲਾਜ ਨਹੀਂ, ਜ਼ਕਰੀਆ ਖਾਨ ਦਰਦ ਨਾਲ ਮਰਦਾ ਜਾ ਰਿਹਾ ਹੈ। ਉਹ ਸਿੱਖ ਨੇ ਕਿਹਾ ਵੀ ਜੇ ਭਾਈ ਤਾਰੂ ਸਿੰਘ ਦੀ ਜੁੱਤੀ ਤੇਰੇ ਸੀਸ 'ਚ ਲੱਗੇ ਨਾ ਤਾਂ ਤੇਰਾ ਬੰਨ ਟੁੱਟ ਸਕਦਾ। ਉਹ ਕਹਿੰਦਾ ਛੇਤੀ ਲਿਆਓ ਜੁੱਤੀ।
ਉਹ ਸਿੱਖ ਦਾ ਸ਼ਰਾਪ ਮੈਨੂੰ ਲੱਗ ਗਿਆ, ਮੈਂ ਉਹਦੇ ਨਾਲ ਮਾੜਾ ਧੱਕਾ ਕੀਤਾ, ਉਹਦਾ ਮੈਨੂੰ ਸ਼ਰਾਪ ਲੱਗ ਗਿਆ। ਡਰਿਆ ਹੋਇਆ, ਦਰਦ ਨਾਲ ਵਿਆਕੁਲ ਘਬਰਾਇਆ ਹੋਇਆ, ਤੇ ਜੁੱਤੀ ਲਿਆਂਦੀ ਭਾਈ ਤਾਰੂ ਸਿੰਘ ਸਾਹਿਬ ਜੀ ਦੀ, ਜਾਦੇ ਦੇ ਸਿਰ ਵਿੱਚ ਵੱਜਣੀਆਂ ਸ਼ੁਰੂ ਹੋਈਆਂ, 10-20 ਜੁੱਤੀਆਂ ਵੱਜੀਆਂ, ਇਹਦਾ ਬੰਨ ਖੁੱਲਣ ਲੱਗ ਗਿਆ। ਜਿਵੇਂ ਹੀ ਪਿਸ਼ਾਬ ਦਾ ਬੰਨ ਖੁੱਲਿਆ, ਕਹਿੰਦਾ ਹੋਰ ਮਾਰੋ, ਹੋਰ ਮਾਰੋ, ਇਹਨੂੰ ਆਰਾਮ ਆਉਂਦਾ ਜੀ। ਦਿਨ ਵਿੱਚ ਪਤਾ ਹੀ ਨਹੀਂ ਕਿੰਨੀਆਂ ਕੁ ਜੁੱਤੀਆਂ ਵੱਜ ਗਈਆਂ, ਫਿਰ ਬੰਨ ਲੱਗ ਜਾਂਦਾ, ਫਿਰ ਸਿਰ 'ਚ ਜੁੱਤੀ। ਸਾਧ ਸੰਗਤ ਏਦਾਂ, ਇਹ ਵੀ ਭਾਈ ਸਾਹਿਬ ਤੋਂ ਕੁਝ ਦਿਨ ਪਹਿਲਾਂ ਜੁੱਤੀਆਂ ਖਾਂਦੇ ਖਾਂਦੇ ਇੰਨੀਆਂ ਕੁ ਜੁੱਤੀਆਂ ਇਹਦੇ ਸਿਰ 'ਚ ਵੱਜ ਗਈਆਂ, ਇੰਨਾ ਕੁ ਦਰਦ ਝੱਲਿਆ ਇਹਨੇ, ਇਹਦੇ ਸਿਰ ਦੇ ਵਿੱਚ ਸਿਰ ਪੋਲਾ ਹੋ ਗਿਆ ਜੁੱਤੀਆਂ ਵੱਜ ਵੱਜ ਕੇ, ਤੇ ਇਹਦੀ ਮੌਤ ਹੋ ਗਈ। ਤੇ ਦੁਸ਼ਟ ਜਿਹੜਾ ਸੀ ਆਪਣੇ ਕਰਮਾਂ ਦਾ ਫਲ ਭੋਗਦਾ, ਨਰਕਾਂ ਨੂੰ ਸੁਧਾਰ ਗਿਆ। ਤੇ ਫਿਰ ਅੱਜ ਦੇ ਦਿਨ 1 ਸਾਵਣ ਨੂੰ ਭਾਈ ਤਾਰੂ ਸਿੰਘ ਸਾਹਿਬ ਜੀ, ਸਾਧ ਸੰਗਤ ਜੀ, ਸ਼ਹੀਦੀ ਜਾਮ ਪੀਂਦੇ ਹਨ ਤੇ ਗੁਰੂ ਮਹਾਰਾਜ ਦੀ ਸਿੱਖੀ ਨੂੰ ਕਮਾਉਂਦੇ ਹਨ। ਇਸੇ ਕਰਕੇ ਕਹੀਦਾ, ਪ੍ਰਣਾਮ ਸ਼ਹੀਦਾਂ ਨੂੰ, ਪ੍ਰਣਾਮ ਸ਼ਹੀਦਾਂ ਨੂੰ, ਪ੍ਰਣਾਮ ਸ਼ਹੀਦਾਂ। ਪ੍ਰਣਾਮ ਸ਼ਹੀਦਾਂ ਨੂੰ, ਪ੍ਰਣਾਮ ਸ਼ਹੀਦਾਂ ਨੂੰ, ਪ੍ਰਣਾਮ ਸ਼ਹੀਦ, ਜਿੰਨਾ ਜਿੰਦੜੀ ਧਰਮ ਤੋਂ ਵਾਰੀ, ਜਿੰਨਾ ਜਿੰਦੜੀ ਧਰਮ ਤੋਂ ਵਾਰੀ, ਲੰਗਰ ਦੀ ਸੇਵਾ ਨਹੀਂ ਛੱਡੀ, ਕੇਸਾਂ ਨੂੰ ਕਟਾਣਾ ਕਬੂਲ ਨਾ ਕੀਤਾ, ਸ਼ਹੀਦੀ ਕਬੂਲ ਕਰ ਲਈ। ਅੱਜ ਕਈ ਕਹਿੰਦੇ ਲੰਗਰ ਬੰਦ ਕਰ ਦਿਓ, ਲੰਗਰ ਨਹੀਂ ਹੋਣੇ ਚਾਹੀਦੇ, ਮੂੰਹ ਮੱਥਾ ਧੋਂਦੇ ਨਹੀਂ ਹੈ ਤੇ ਬੋਲਣ ਲੱਗ ਜਾਂਦੇ। ਇਹਨਾਂ ਲੰਗਰਾਂ ਕਰਕੇ ਤਾਂ ਗੁਰੂ ਕਿਆ ਸਿੰਘਾਂ ਸ਼ਹੀਦੀਆਂ ਦਿੱਤੀਆਂ, ਤੇ ਇਹ ਲੰਗਰਾਂ ਕਰਕੇ ਹੀ ਤੁਹਾਡਾ ਨਾਮ ਆ ਪੂਰੇ ਹਿੰਦੁਸਤਾਨ ਸੰਸਾਰ 'ਚ। ਤੇ ਇਸ ਕਰਕੇ ਹਾਂ, ਚੰਗੀ ਗੱਲ ਹੈ ਕੋਈ ਦਵਾਈਆਂ ਦਾ ਵੀ ਲੰਗਰ ਲਾਵੇ, ਚੰਗੀ ਗੱਲ ਆ ਕੋਈ ਗਰੀਬ ਬੱਚਿਆਂ ਨੂੰ ਵੀ ਪੜ੍ਹਾਵੇ, ਪਰ ਇਹ ਥੋੜ੍ਹੀ ਨਾ ਵੀ ਗੁਰਦੁਆਰੇ ਦਾ ਲੰਗਰ ਬੰਦ ਕਰਕੇ ਤੁਸੀਂ ਗਰੀਬਾਂ ਦੇ ਪੜ੍ਹਾਉਣੇ। ਔਰ ਜਿਹੜੀਆਂ ਇੱਦਾਂ ਦੀਆਂ ਗੱਲਾਂ ਕਰਦੇ ਹੈ ਵੀ ਜੀ ਇਹ ਤਾਂ ਬਰਬਾਦੀ ਆ ਜੀ, ਇਹ ਤਾਂ ਇਉਂ ਆ ਜੀ, ਉਹਨਾਂ ਨੇ ਧੇਲਾ ਨਹੀਂ ਦੇਣਾ ਹੁੰਦਾ, ਰੁਪਈਆ ਕੌਡੀ ਦੇਣੀ ਨਹੀਂ ਹੁੰਦੀ, ਅਤੇ ਗੁਰੂ ਦੇ ਲੰਗਰਾਂ 'ਤੇ ਕਿੰਤੂ ਕਰਦੇ। ਇਹ ਨਾਲੇ ਗੁਰੂ ਨਾਨਕ ਦੇ ਲੰਗਰ, ਲੰਗਰਾਂ ਬਾਰੇ ਕੀ ਜਾਣਦੇ ਹੋ? ਕਦੇ ਦੇਖੋ ਗੋਇੰਦਵਾਲ ਸਾਹਿਬ ਦੀ ਧਰਤੀ, ਲੰਗਰ ਬਣ ਜਾਣਾ ਅਤੇ ਸੱਚੇ ਪਾਤਸ਼ਾਹ ਨੇ ਕਹਿਣਾ ਵੀ ਲੰਗਰ ਸੰਗਤ ਨੇ ਛਕ ਲਿਆ, ਵੰਡ ਦਿਓ, ਫਿਰ ਜਿਹੜੀ ਸੰਗਤ ਆਈ ਘਰਾਂ ਨੂੰ ਦੇ ਦਿਓ, ਫਿਰ ਵੱਜ ਜਾਣਾ। ਮਹਾਰਾਜ ਨੇ ਇਹ ਬਚਨ ਕੀਤਾ ਹੋਇਆ ਸੀ ਵੀ ਜਿਹੜਾ ਲੰਗਰ ਬਚਿਆ ਉਹ ਸਵੇਰ ਤੱਕ ਨਹੀਂ ਰਹਿਣਾ ਚਾਹੀਦਾ, ਸਵੇਰੇ ਨਵਾਂ ਲੰਗਰ ਬਣਨਾ। ਜੋ ਲੰਗਰ ਇੱਕ ਵਾਰ ਤਿਆਰ ਹੋ ਗਿਆ ਉਹ ਰੱਖਣਾ ਨਹੀਂ ਰਾਤ ਨੂੰ, ਅੱਜ ਕੱਲ੍ਹ ਤਾਂ ਰੱਖ ਲੈਂਦੇ ਨਾ ਰਾਤ ਨੂੰ, ਇਹ ਨਿਯਮ ਨਹੀਂ ਹੈ, ਵਰਤਾਉਣਾ ਹੀ ਹੈ। ਫਿਰ ਜਦ ਲੰਗਰ ਇਸ ਤਰ੍ਹਾਂ ਵੱਧ ਜਾਣਾ, ਸੰਗਤ ਨੇ ਛਕ ਲੈਣਾ, ਵੱਧ ਜਾਣਾ ਲੰਗਰ, ਫਿਰ ਮਹਾਰਾਜ ਨੇ ਜੀਵ ਜੰਤੂਆਂ ਨੂੰ ਪਵਾ ਦੇਣਾ ਨੇੜੇ, ਜਿਹੜੇ ਜੰਗਲ ਵਿੱਚ, ਫਿਰ ਵੱਜ ਜਾਣਾ ਜਿਹੜਾ ਲੰਗਰ ਹੈ। ਉਹ ਜਿਹੜਾ ਬਿਆਸ ਦਰਿਆ ਹੈ ਸਾਧ ਸੰਗਤ, ਮਹਾਰਾਜ ਨੇ ਮੱਛੀਆਂ ਨੂੰ ਪਵਾ ਦੇਣਾ,
ਲੰਗਰ ਵਧਿਆ ਹੋਇਆ। ਕਿਹਾ ਵੀ ਰਾਤ ਨੂੰ ਪਤੀਲੇ ਮੂੰਦੇ ਮਾਰਨੇ ਆ, ਸਿੱਧੇ ਨਹੀਂ ਰੱਖਣੇ, ਸਵੇਰੇ ਗੁਰੂ ਨਾਨਕ ਸਾਹਿਬ ਹੋਰ ਦੇਣਗੇ। ਇਹ ਦਿੰਦੇ ਹੀ ਗੁਰੂ ਨਾਨਕ ਸਾਹਿਬ, ਕੋਈ ਕੀ ਕਰ ਸਕਦਾ? ਜੇ ਮਹਾਰਾਜ ਦੇ ਰਹੇ ਤਾਂ ਲਾ ਰਹੇ ਆ, ਜੇ ਉਹ ਦੇਣਾ ਹੀ ਬੰਦ ਕਰਦੇ ਕਿੱਥੋਂ ਲਾ ਲਓਗੇ? ਤਾਂ ਇਸ ਕਰਕੇ ਉਹਨਾਂ ਨੂੰ ਪਤਾ ਹੀ ਨਹੀਂ, ਅਤੇ ਗੱਲਾਂ ਕਰਦੇ ਆ ਵੀ ਗੁਰੂ ਦੇ ਲੰਗਰ ਆ ਜੀ, ਬਰਬਾਦੀ ਆ ਜੀ, ਇਹ ਆ ਜੀ, ਵੋ ਆ। ਤਾਂ ਗੁਰੂ ਕੇ ਲੰਗਰਾਂ ਕਰਕੇ ਹਿੰਦੁਸਤਾਨ ਨਹੀਂ ਪੂਰੇ ਵਿਸ਼ਵ ਸੰਸਾਰ 'ਚ ਤੁਹਾਨੂੰ ਜਾਣਿਆ ਜਾਂਦਾ, ਅਤੇ ਉਹਨਾਂ ਨੂੰ ਚੁੱਭਦੇ ਲੰਗਰ ਤੁਹਾਡੇ। ਚੰਗੀ ਗੱਲ ਹੈ, ਤੁਹਾਡੀ ਬਾਂਹ ਫੜੀ ਕਿਸੇ ਨੇ, ਤੁਸੀਂ ਲਾ ਲਓ। ਜੇ ਲੰਗਰ ਲਾਉਣ ਵਾਲੇ ਮਹਾਂਪੁਰਖ ਲੰਗਰ ਲਾ ਰਹੇ ਹੈ, ਤੁਸੀਂ ਹਸਪਤਾਲ ਖੋਲ੍ਹ ਲਓ, 20-50-100 ਜਣੇ ਖੜ੍ਹੇ ਹੋ ਕੇ, ਤੁਸੀਂ ਨਾ ਦਿਓ ਲੰਗਰ 'ਚ ਪੈਸੇ ਆਪਣੇ, ਤੁਸੀਂ ਆਪਣਾ ਬਣਾ ਲਓ। ਕਰਨਾ ਹੈ ਨਹੀਂ, ਬਸ ਵਿਸ਼ਾ ਚਾਹੀਦਾ ਫੇਮਸ ਹੋਣ ਦਾ। ਤੁਹਾਨੂੰ ਕਿਹੜਾ ਡੱਕਿਆ? ਕੋਈ ਸਕੂਲ ਖੋਲ੍ਹ ਲਓ ਇਕੱਠੇ ਹੋ ਕੇ, ਜੇ ਤੁਹਾਡੀ ਇੰਨੀ ਉਹ ਲੋਕ ਗੱਲ ਮੰਨਦੇ ਆ, ਤਾਂ ਸਕੂਲ ਖੋਲ੍ਹ ਲਓ, ਕੋਈ ਪੜ੍ਹਾ ਲਓ ਤੁਸੀਂ ਜਿਹਨੂੰ ਪੜ੍ਹਾਉਣਾ। ਪਰ ਹਾਂ, ਸਾਰੇ ਸਿੱਖਾਂ ਨੂੰ ਚਾਹੀਦਾ ਵੀ ਆਪਣੇ ਗਰੀਬ ਸਿੱਖ ਭੈਣ ਭਾਈ ਜਿਹੜੇ ਆ, ਉਹਨਾਂ ਦਾ ਵੀ ਖਿਆਲ ਰੱਖੀਏ, ਉਹਨਾਂ ਦੇ ਬੱਚਿਆਂ ਨੂੰ ਵੀ ਆਪਾਂ ਨਾਲ ਲੈ ਕੇ ਚੱਲੀਏ, ਫਾਈਨੈਂਸ਼ੀਅਲ ਤੌਰ 'ਤੇ ਮਦਦ ਕਰੀਏ ਇੱਕ ਦੂਜੇ ਦੀ। ਇਹ ਇੱਕ ਵੱਖਰੀ ਗੱਲ ਆ। ਪਰ ਜੇ ਕਹੋ ਵੀ ਜੀ ਲੰਗਰ ਬੰਦ ਕਰਕੇ, ਇਹ ਨਹੀਂ। ਆ ਭਾਈ ਤਾਰੂ ਸਿੰਘ ਸਾਹਿਬ ਦੀ ਸ਼ਹੀਦੀ ਲੰਗਰ ਕਰਕੇ ਹੀ ਹੋਈ ਨਾ। ਜੰਗਲ 'ਚ ਜਾਂਦੇ ਸੀ ਪ੍ਰਸ਼ਾਦਾ ਦੇਣ, ਬਸ ਇੱਥੋਂ ਹੀ ਉਹਨਾਂ ਨੇ ਕਿਹਾ ਵੀ ਜਾਣਾ ਨਹੀਂ, ਬਾਗੀਆਂ ਦੀ ਮਦਦ ਨਹੀਂ ਕਰਨੀ। ਉਹ ਕਹਿੰਦੇ ਮੈਂ ਤਾਂ ਜਾਵਾਂਗਾ। ਸਤਸੰਗਤ, ਇਹ ਸ਼ਹੀਦਾਂ ਦੇ ਨਾਮ ਨੂੰ ਵੀ ਫਿਰ ਕਲੰਕ ਆ, ਜੇ ਇੱਦਾਂ ਦੀਆਂ ਆਪਾਂ ਗੱਲਾਂ ਕਰਾਂਗੇ। ਤੋ ਗੁਰੂ ਘਰ ਦੇ ਵਿੱਚ ਜੋ ਸੇਵਾ ਗੁਰੂ ਸਾਹਿਬ ਸ਼ੁਰੂ ਕਰ ਗਏ 20 ਰੁਪਏ ਦੇ ਲੰਗਰ ਲਾ ਕੇ, ਇਹ ਤਾਂ ਰਹਿੰਦੀ ਦੁਨੀਆਂ ਤੱਕ ਚੱਲੇ ਜੇ ਔਰ ਚੱਲਣਗੇ। ਆਪਾਂ ਵੱਧ ਤੋਂ ਵੱਧ ਯੋਗਦਾਨ ਕਰੋ। ਜੇ ਸੱਚੇ ਪਾਤਸ਼ਾਹ ਦਾ ਇਤਿਹਾਸ ਪੜ੍ਹੋ, ਮਹਾਰਾਜ ਕਹਿੰਦੇ ਤੁਹਾਡੇ 'ਤੇ ਕਿਰਪਾ ਹੋਵੇ, ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਕੋਈ ਕੰਮ ਰੁਕਿਆ ਚੱਲ ਪਵੇ, ਲੰਗਰ ਦੀ ਸੇਵਾ ਕਰੋ, ਲੰਗਰ ਦੇ ਵਿੱਚ ਯੋਗਦਾਨ ਕਰੋ, ਗੁਰਸਿੱਖ ਸੰਗਤਾਂ ਨੂੰ ਪ੍ਰਸ਼ਾਦ ਪਾਣੀ ਛਕਾਓ ਬੜੇ ਪ੍ਰੇਮ ਨਾਲ, ਅਤੇ ਤੁਹਾਡੇ ਘਰ ਵਿੱਚ ਕਦੇ ਸਿੱਖੀ ਨਹੀਂ ਮੁੱਕੇਗੀ। ਜਿਹੜਾ ਬੰਦਾ ਲੰਗਰ ਦੀ ਸੇਵਾ ਕਰਦਾ ਨਾ, ਉਹਦੇ ਘਰ 'ਚ ਕਦੇ ਵੀ ਸਿੱਖੀ ਨਹੀਂ ਮੁੱਕਦੀ। ਇਹ 6ਵੇਂ ਪਾਤਸ਼ਾਹ ਦਾ ਵਚਨ ਆ। ਤੋ ਇਸ ਕਰਕੇ ਭਾਈ ਤਾਰੂ ਸਿੰਘ ਸਾਹਿਬ ਨੇ ਇਸ ਤਰ੍ਹਾਂ ਅੱਜ ਦੇ ਦਿਨ ਸ਼ਹੀਦੀ ਪ੍ਰਾਪਤ ਕੀਤੀ। ਗੁਰੂ ਸਾਹਿਬ ਕਿਰਪਾ ਕਰੇ, ਆਪ ਜੀ ਸਾਵਣ ਦੇ ਮਹੀਨੇ ਦੇ ਪਹਿਲੇ ਦਿਨ ਗੁਰੂ ਚਰਨਾਂ 'ਚ ਜੋੜੇ ਰੋਜ਼ ਨੇਮ, ਵੀ ਆਪਾਂ ਰੋਜ਼ ਮੱਥਾ ਟੇਕਣਾ ਮਹਾਰਾਜ ਨੂੰ, ਰੋਜ਼ ਬਾਣੀ ਪੜ੍ਹਨੀ, ਰੋਜ਼ ਸੇਵਾ ਕਰਨੀ, ਚੜ੍ਹਿਆ ਮਹੀਨਾ ਸੇਵਾ ਕਰਦੇ, ਸਿਮਰਨ ਕਰਦੇ, ਨਾਮ ਜਪ ਦੇ ਬਤੀਤ ਹੋਵੇ। ਇਸੇ ਅਰਦਾਸ ਨਾਲ ਸਮਾਪਤੀ, ਹੋਈਆਂ ਭੁੱਲਾਂ ਬਖਸ਼ਣੀਆਂ। ਇਹਨਾਂ ਸਥਾਨਾਂ ਦੀ ਸੇਵਾ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਕਰਾ ਰਹੇ ਹਨ। ਬਾਬਾ ਸੁਖਵਿੰਦਰ ਸਿੰਘ ਜੀ, ਬਾਬਾ ਗੁਰਿੰਦਰ ਸਿੰਘ ਜੀ ਜੋ ਇੱਥੇ ਮੌਜੂਦ ਆ ਮਹਾਂਪੁਰਸ਼, ਸੇਵਾ ਕਰਾ ਰਹੇ, ਜ਼ਰੂਰ ਮਿਲੋ। ਸੰਗਰਾਂਦ ਦਾ ਦਿਹਾੜਾ ਹੈ, ਸ਼ਹੀਦਾਂ ਦੇ ਯਾਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਸਤਰ ਧਾਰਨ ਦੀ ਯਾਦ 'ਚ ਜ਼ਰੂਰ ਕੁਝ ਨਾ ਕੁਝ ਦਸਵੰਧ ਆਪਣੀ ਜਮ੍ਹਾਂ ਕਰਾਓ, ਤਾਂ ਕਿ ਚੱਲ ਰਹੇ ਕਾਰਜਾਂ ਦੇ ਵਿੱਚ ਵੀ ਹੋਰ ਸਹਿਯੋਗ ਹੋ ਸਕੇ। ਵੱਧ ਚੜ੍ਹ ਕੇ ਸੇਵਾਵਾਂ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਲਓ। 10ਵੇਂ ਪਾਤਸ਼ਾਹ ਦਾ ਘਰ ਬਣ ਰਿਹਾ ਹੈ, ਮਹਾਰਾਜ ਜੀ ਦੇ ਘਰ ਦੀਆਂ ਸੇਵਾਵਾਂ ਗੁਰੂ ਦੀਆਂ ਸੰਗਤਾਂ ਨੇ ਕਰਨੀਆਂ। ਸਤਿਗੁਰੂ ਰਹਿਮਤਾਂ ਵਰਸਾਉਣ, ਹੋਈਆਂ ਭੁੱਲਾਂ ਬਖਸ਼ਣੀਆਂ ਜੀ। ਅਦਬ ਨਾਲ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।